काम वेख अजे तक न आई की होया आ तक गई आ आ गई हां मैं थे मसेरी पितरेरी अवाढ़नी गवाढ़नी बहु आईनी तो मैं थे आंख भी रख दिए तो मैंने बड़े दीर प्यार ना बुलाई दिया मक्का शाम लेनी हो मैंने ना कोलो ओ जी करके पता ही नहीं आई लो जी तो मैं पता लग जाता गल्ला चो मैं मेरे ना दीद प्यार करें दिए मैं वायद बंदा हूँ मैं तेरे लो वेंदा रहना ओ जाने अच्छा हो इतने मैनू इस टाइम तो सदे आया पई मसे हुई पितोए हुई ते वाढ़ हुई गवाढ़ हुई अंदर तो दस साल का ਮੈਨੂੰ ਇਸ ਗੱਲ 'ਤੇ ਚਿੜਕ ਚੜੀ ਕੋਈ ਪਈ ਹੈ ਮੈਂ ਹਾਂ ਮੂੰਹ ਤਾਂ ਹੋਰ ਰੰਗ ਹੈ ਚੋ ਪਰ ਮੈਂ ਆਖਿਆ ਵੀ ਹੁਣ ਛੱਡ ਹੀ ਦਿਓ ਬਿਹਤਰ ਹੈ ਕਿਹੜੇ ਰੰਗ ਹੈ ਚਾਹੋ ਤੂੰ ਮੇਰਾ ਦਿਲ ਆ ਆਉਂਦੇ ਆ ਫਾਦ ਲਵਾਂ ਗੋਤ ਤੂੰ ਇੱਥੇ ਨਹੀਂ ਵਾਹ ਛੱਡਾ ਤੈਨੂੰ ਅੱਛਾ ਹੁਣ ਮੈਂ ਜਾਣੀ ਆ ਨਹੀਂ ਇਹ ਤੂੰ ਕੀ ਹੋ ਜੇ ਮੈਂ ਨਾ ਪਿਆਰ ਕਰਦਾ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ ਹਰ ਟਾਈਮ ਗੁੰਡਾ ਬਣਿਆ ਰਹਿੰਦਾ ਗਾਲ ਦੇ ਵੀ ਇਸੇ ਵਜ੍ਹਾ ਤੂੰ ਨਹੀਂ ਮੰਨਦੀ ਇੰਤਜ਼ਾਰ ਮੌਤ ਨਾਲ ਡਾਢੀ ਹੁੰਦੀ ਹੈ ਕਦੀ ਕਿਸੇ ਦੀ ਇੰਤਜ਼ਾਰ ਕੀਤੀ ਹੋਵੇ ਤਾਂ ਪਤਾ ਹੋਵੇ ਨਾ इज्जत भी नहीं खराब करना चाहती ना मैं तेनू छड़ना चाहनी हाँ ना मैं उन्होंने छड़ना चाहनी हाँ मैं वेख सोच के आवा आई ना ਹੁਣ ਮੈਂ ਨਾ ਆਵਾਂ ਨਾ ਮੈਨੂੰ ਪਤਾ ਆਈ ਵੀ ਤੂੰ ਤੈਨੂੰ ਤਾਂ ਹੈ ਕਾਈ ਨਾ ਕਿਸੇ ਦੀ ਇੱਜ਼ਤ ਬੇਇੱਜ਼ਤੀ ਦੀ ਤੂੰ ਸਿੱਧਾ ਆ ਜਾਵਾਂ ਮੇਰੇ ਘਰ ਤੇ ਜਦੋਂ ਹੁਣ ਤੂੰ ਮੇਰੇ ਬੁਲਾਇਆ ਤਾਂ ਨਾ ਆਈ ਹੂੰ ਮੈਂ ਤੇਰੇ ਇੰਜ ਮਾਂ ਪਿਓ ਨੂੰ ਟਕਰਨਾ ਉਹਦਾ ਜੀ ਨਸਲ ਵੀ ਯਾਦ ਰੱਖੀ ਗਈ ਅਗਰ ਨਸਲਾ ਤਾਂ ਜਾਵਾਂ ਨਹੀਂ ਨਹੀਂ ਜ਼ਰੂਰਤ ਇੱਥੇ ਮੇਰੇ ਨਾਲ ਆਈ ਹੋ ਜੀ ਗੱਲਾਂ ਬੇਹੂਦਾ ਗੱਲਾਂ ਕਰਨ ਵਾਸਤੇ ਮੈਂ ਸੱਦੇ ਹਲਾ ਇਹ ਬੇਹੂਦਾ ਗੱਲਾਂ ਨੂੰ ਹੋਰ ਤੇ ਜਿਹੜਾ ਮੈਂ 2 ਘੰਟਿਆਂ ਤੋਂ ਬੈਠਾ ਆ ਬੰਦਾ ਜੋ ਆਇਆ ਹੈ ਪਿਆਰ ਮੁਹੱਬਤ ਦੀ ਕੋਈ ਗੱਲ ਕਰਦਾ ਹੈ ਤੂੰ ਤਾਂ ਅੰਦੇ ਆਈ ਕੀ ਹੋ ਜੀ ਪਿਆਰ ਕਰਦਾ ਮੈਨੂੰ ਤਾਂ ਨਹੀਂ ਲੱਗਦਾ ਤੂੰ ਮੇਰਾ ਪਿਆਰ ਕਰਦਾ ਜਿਹੜਾ ਪਿਆਰ ਕਰਦਾ ਉਹ ਵੀ ਨੋ ਕਾਬੜ ਵੀ ਉਤਰੀ ਕਰਦਾ ਹੀ ਹਾਂ ਅੱਛਾ ਉਹ ਲੈ ਨਹੀਂ ਕਿ ਮੈਂ ਜਾਵਾਂ ਹਲਾ ਤੂੰ ਗੱਲ ਕਰ ਅੱਛਾ ਤੂੰ ਗੱਲ ਕਰ ਫੋਇਆ ਨਹੀਂ ਮੈਂ ਨਹੀਂ ਮੇਟ ਵੀ ਜਾਣਾ ਹਾਂ ਡੈਂਬਈ ਹਾਏ ਵੇਲੇ ਡੈਂਬਈ ਬਣਾਈ ਰੱਖਦਾ ਜੇ ਸੇਵਕ ਕੋ ਡੈਂਬਈ ਬਣਾਈ ਰੱਖਦਾ ਉਹ ਇਹਨੂੰ ਕੰਮ ਨਹੀਂ ਕੋਈ ਕੀ ਤਕਲੀਫ ਹੈ ਬਾ ਜਾਣਾ ਕੋਈ ਸਦੇਂ ਨਾ ਪਿਆ ਛੋਰ ਬੇਲੀ ਏ ਉਨਕੋ ਨਹੀਂ ਪਤਾ ਵੀ ਤੂੰ ਬੈਠੀ ਆ ਇੱਥੇ ਜੰਗਲ ਵੀ ਏ ਬਾ ਨਹੀਂ ਮੈਨੂੰ ਸਾਧ ਲੈਣਾ ਕੋਈ ਤੈਨੂੰ ਸੇਫ ਜਗ੍ਹਾ ਨਹੀਂ ਲੱਭਦੀ ਮਿਲਾਂ ਵਾਸਤੇ ਹੋਰ ਹੁਣ ਤੈਨੂੰ ਮੈਂ ਉੱਥੇ ਘਰ ਬੁਲਾਵਾਂ ਵਾਹ ਭਾਈ ਵਾਹ ਅੱਜ ਕੱਲ ਤੇ ਅਜੇ ਲਫੰਗਾ ਦੋਸਤ ਐ ਸਨੈਨ ਉਹ ਕਿਦੇ ਹੁੰਦਾ ਉਹ ਭਾਈਆ ਭਾਈ ਵੀ ਦੂਏ ਤਰੀਏ ਦੇ ਹੋ ਗਿਆ ਹੁਣ ਫੋਨ ਸ਼ੋਰ ਕਰਦਾ ਪਿਆ ਹੈ ਕਿਸੇ ਮਸਲੇ ਚ ਆਏ ਨਹੀਂ ਤਾਂ ਵਰਦਾ ਜਵਾਬ ਦੇਵੇ ਆ ਤੇ ਮੈਂ ਹੁਣ ਜਾਣਾ ਹੁੰਦਾ ਘਰ ਮੈਂ ਹੁੰਦੇ ਨਾਲ ਵੀ ਕਰ ਲੈਣਾ ਬਾਬਾ ਫੋਨ ਨਹੀਂ ਚੰਦਾ ਐਡਾ ਖੜੋਵੇ ਗਲਤ ਤੂੰ ਆਪ ਤੂੰ ਡਾਡਾ ਮੜੂ ਵੇਖਿਆ ਕੋਈ ਨਹੀਂ ਚੰਗਾ ਛੋਵੇ ਤੇਰੇ ਨਾਲ ਬਹੁ ਵਫਾਦਾਰ ਏ ਵਫਾ ਜੀ ਗੱਲਾਂ ਨਾ ਕੀਤੀਆਂ ਖਾਲ ਵਫਾਦਾਰ ਤਾਂ ਸੇ ਵੀ ਕਦੀ ਨਹੀਂ ਘਟ ਕੀਤੀ ਉਹ ਮੈਂ ਆਨੀ ਆ ਐਡਾ ਸ਼ਰੀਫ ਤੇਰਾ ਦੋਸਤ ਤੇ ਆ ਤੇ ਤੂੰ ਬਦਮਾਸ਼ ਤੇ ਗੁੰਡਾ ਬਣਿਆ ਆ ਮੈਂ ਕੀ ਮੇਰੇ ਥਾਣੇ ਦੇ ਨਾਂ ਲਿਖ ਕੇ ਪਿੱਛੋਂ ਮੁਲਾਕਾਤਾਂ ਕਰਨ ਆਉਣੀ ਹੈ ਮੇਰੇ ਕੇਸ ਫਰੋਲਦੀ ਰਹਿੰਦੀ ਹੈ ਅੱਲਾ ਨਾ ਕਰੇ ਇਹੋ ਜੇ ਦੇ ਆਵੇ ਮਨੂਸ ਮਾਰ ਕਦੀ ਬੋਕ ਵਾਲੀ ਕੜੀ ਵੇਖੀ ਹੋਈ ਹੈ ਮੈਨੂੰ ਅਸਤਫਾ ਹਰ ਟਾਈਮ ਮੂੰਹ ਦੇ ਵਿੱਚੋਂ ਅੱਗ ਡਰਨੀ ਪਈ ਹੁੰਦੀ ਸੂ ਤੈਨੂੰ ਤਾਂ ਇਹ ਵੀ ਕੋਈ ਨਹੀਂ ਪੂਰੀ ਤਰ੍ਹਾਂ ਪਤਾ ਵੀ ਜੇ ਮਸ਼ੂਕ ਹੁੰਦੀ ਹੈ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕੀ ਹੋ ਜੀ ਹੁੰਦੀਆਂ ਤੇਰੇ ਨਾ ਕਰਾਂ ਹਾਂ ਦੋ ਦੋ ਘੰਟੇ ਇੰਤਜ਼ਾਰ ਕਰੇਂਦੀ ਉਂਝ ਬੜਾ ਸਿੰਗਰ ਬਣਿਆ ਹੋਇਆ ਹੈ ਹਾਏ ਵੇਲੇ ਗਾਲ ਲੰਮਾ ਪਾ ਕੇ ਤੇ ਫੋਨ ਤੇ ਗਾਵੇ ਮੈਨੂੰ ਸੋਇੰਦਾ ਪਿਆ ਹੁੰਦਾ ਇੱਥੇ ਆ ਜਾਵਾਂ ਤਾਂ ਮੂੰਹ ਚੋਂ ਅੱਗ ਕੱਢਦਾ ਪਿਆ ਹੁੰਦਾ ਅਸਲ ਪਾ ਉਸੜੇ ਹੁੰਦਾ ਉਸਲੀ ਹੋ ਜਾ ਹੁੰਦਾ ਆ ਜੇ ਉਹ ਹੁਸਾ ਵਾਲ ਲਈ ਬੈਠੇ ਇੱਥੇ ਉਹ ਮੇਰੇ ਨਾਲ ਸਿਰਫ ਨਾ ਫੋੜਾ ਤੋਂ ਲਾਵਾਂ ਹੀ ਹੁੰਦੀ ਆ ਇੱਥੇ ਸਦਵਾਗ ਠੀਕ ਹੈ ਮੈਂ ਜਾਣੀ ਆ ਅੱਬੇ ਦੀ ਰੋਟੀ ਪਕਾਵਾਂ ਹੀ ਜਾ ਕੇ ਅੱਬੇ ਦੀ ਰੋਟੀ ਪਕਾਣੀ ਹਾਂ ਮੈਂ ਚੂਰੀ ਖਵਾ ਲਈ ਬੱਬੇ ਵਾਲੋਂ ਵਗ ਗਈ ਉਹ ਕਹੀ ਹੀ ਢੂਡ ਜੇ ਤੈਨੂੰ ਖਵਾਵੇ ਤੇ ਤੂੰ ਬਸ਼ੀਰ ਹੈ ਹਾਂ ਮੈਂ ਬਸ਼ੀਰ ਆ ਇਹਦੇ ਮੇਰੇ ਲਈ ਵੇਖੇ ਨਾ ਤੇ ਮੈਂ ਵੀ ਰਾਂਝ ਜਾਈਆ ਜ਼ਰੂਰ ਹੁਣ ਮੈਂ ਕੰਨਾਂ 'ਚ ਬੋਰੇ ਨਹੀਂ ਕਰਾਣੇ ਤੇ ਮੈਂ ਤਾਂ ਰਾਂਝਿਆ ਮੈਨੂੰ ਇਹਨਾਂ ਹੀ ਰਾਂਝਾ ਲੈਲਾ ਮਜਨੂ ਇਹ ਅੱਜ ਕੱਲ੍ਹ ਕੋਈ ਨੂੰ ਹੋਇਆ ਹੈਗਾ ਅੱਜ ਕੱਲ੍ਹ ਫੇਕ ਪਿਆਰ ਇੰਨੀ ਹਾਂ ਬਸ ਨਹੀਂ ਨਾ ਤੂੰ ਜਾ ਕੇ ਵੇਖਿਆ ਨਾ ਅੱਜ ਕੱਲ੍ਹ ਤਾਂ ਜਿਹੜਾ ਪਿਆਰ ਹਾਸੇ ਨਾ ਹੋਵੇ ਮਰਾਂ ਮਰੀ ਮਾਂ ਤੇ ਆ ਜਾਂਦੇ ਕਤਲ ਗਾਲੀ ਤੇ ਆ ਜਾਂਦੇ ਤੋਬਾ ਅਸਤਫਾ ਅੱਜ ਮੇਰੀ ਅੱਖੀ ਲਵੇ ਕੋਈ ਨਜ਼ਰ ਤੇਰੀ ਅੱਖੀ ਜੈਸੇ ਮੈਨੂੰ ਗਿੱਡੂ ਨਜ਼ਰ ਆਉਂਦੀਆਂ ਪਈਆਂ ਪਤਾ ਨਹੀਂ ਕਦੋਂ ਯਕੀਨ ਆਉਣੇ ਅੱਛਾ ਠੀਕ ਹੈ ਮੈਨੂੰ ਇਜਾਜ਼ਤ ਦੇ ਮੁਸਕਰਾ ਕੇ ਮੈਂ ਅੱਬੇ ਦੀ ਰੋਟੀ ਪਕਾਵਾਂ ਹੀ ਜਾ ਕੇ ਹੀ ਜਾ ਐਡਾ ਕੋ ਹਸਿਆ ਜਿਵੇਂ ਲੈਲਾ ਬਗਾਂਦਾ ਹੈ ਲੈਲੀ
ਦੁੱਖੀ ਜੀ ਪਠੋਰੀ। ਅੱਛਾ ਠੀਕ ਹੈ, ਮੈਂ ਜਾਵਾਂ, ਨਰਾਜ਼ ਨਾ ਵੀ ਹੈ। ਪਤਾ ਕੀ ਹੈ, ਅੱਬੇ ਦੀ ਰੋਟੀ ਟਾਈਮ 'ਤੇ ਨਾ ਦੇਵੇ ਨਾ, ਉਹਦੀ ਤਬੀਅਤ ਖਰਾਬ ਜੇ ਆਉਂਦੀ ਹੈ, ਅਤੇ ਅੱਬੇ ਟਾਈਮ 'ਤੇ ਰੋਟੀ ਦੇਣੀ ਆਉਂਦੀ ਹੈ। ਅਤੇ ਸੋਚਿਆ ਕਰ ਮੇਰੇ ਬਾਰੇ ਵੀ ਕਿ ਮੈਂ ਅੱਬੇ ਹੋਇਆਂ ਦੀ ਇੱਜ਼ਤ ਵੀ ਤਾਂ ਮੈਨੂੰ ਪਿਆਰ। ਤੇਰੇ ਬਾਰੇ ਸੋਚਣਾ ਕੋਈ ਨੂੰ, ਮੈਂ ਕਰਕੇ ਵੀ ਖਾਣਾ। ਇੱਕ ਤਾਂ ਤੇਰੀਆਂ ਜਿਹੜੀਆਂ ਧਮਕੀਆਂ ਨਾ, ਇਹਨਾਂ ਤੋਂ ਮੈਨੂੰ ਨਫ਼ਾ। ਤੇ ਤੂੰ ਮੇਰੀ ਹੈ ਤੇ ਮੇਰੀ ਰਸ ਹੈ, ਜੇ ਕਿਸੇ ਅਬਾ ਤਬਾ ਕੀਤੀ ਨਾ ਤਾਂ ਮੈਨੂੰ ਤੈਨੂੰ ਚਾਹਣਾ ਵੀ ਪਿਆਰ ਹੈ, ਤਾਂ ਮੈਂ ਤੈਨੂੰ ਚਾਹ। ਅਗਰ ਕੱਲ੍ਹ ਨੂੰ ਕੋਈ ਤੇਰੀ ਅੱਖੀ ਦੇ ਸਾਹਮਣੇ ਮੈਨੂੰ ਹੋਰ ਪਰ ਨਾ ਕੇ ਲੈ ਗਿਆ ਤਾਂ ਮੈਂ ਉਹਦਾ ਗਲ ਵੜ ਛੱਡਣਾ। ਚਲੋ ਤੁਹਾਡਾ ਗਲ ਵੱਟਾ, ਇਸੇ ਗੱਲ 'ਤੇ ਨਾ ਲੱਗੀ ਰਹੀ। ਤੈਨੂੰ ਮੈਂ ਅੱਗੇ ਆਖਿਆ ਮੈਨੂੰ ਭਾਵੇਂ ਤੂੰ ਜ਼ਰੂਰ ਚਾਹਣਾ ਵੀ ਪਿਆਰ, ਮੈਂ ਤੈਨੂੰ ਚਾਹ ਕੇ ਲੈ ਜਾ ਸਾ ਤਾਂ ਸਾਰੇ ਮੁਲਾ ਕੇ ਚਲਾ ਜਾ ਸਾ। ਆ ਤੂੰ ਗਲ ਨਾ ਵੜ, ਮੈਂ ਤੇਰੇ ਦਾ ਮਾਲਾ ਪਾਵਾਂ ਹੀ ਹੈ ਗਲੇ ਦੇ ਵਿੱਚ, ਤੇ ਤੂੰ ਗਲੇ ਵੱਡਾ ਦੀਆਂ ਗੱਲਾਂ ਕਰਦਾ ਕਰਦੇ ਨੂੰ ਜਿਹੜਾ ਤੂੰ ਆਏ ਵੇਲੇ ਲੜਦਾ ਜਗੜਦਾ ਰਹਿੰਦਾ। ਮੈਂ ਆਉਂਦੀ ਹਾਂ ਕਿ ਉਹਨਾਂ ਦੇ ਦਿਲ ਜਗ੍ਹਾ ਬਣਾ, ਤੇ ਤੂੰ ਅਗਲੀ ਬਣ ਜਾਈ ਜਗ੍ਹਾ ਬਣਾ। ਮੈਂ ਉੱਥੇ ਕੋਠਾ ਗੱਤਣਾ, ਜਗ੍ਹਾ ਬਣਾ ਕੋਠਾ ਨਾ ਗੱਤਣਾ, ਪੂਰੀ ਕੋਠੀ ਗੱਤੀ ਹੋਈ ਹੈ ਉਹਨਾਂ ਦੀ ਧੀ ਲਈ ਵਧਾਇਆ ਜੇ ਕੋਠੀ ਕਾਈ ਨਹੀਂ। ਵਾਹ ਜੀ ਵਾਹ, ਪੂਰਾ ਤਾਂ ਤਬਾਗ ਲਾਏ ਹੋਏ ਆ ਫੁੱਲਾਂ ਦਾ ਉਹਨਾਂ ਦੇ ਗਾਹ ਵਿੱਚ। ਬਾਏ 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 ਬਾਏ, ਤੇ ਤੇਰੇ ਵਰਗੇ ਨਹੀਂ 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 ਇਹਦੇ ਵਰਗਾ ਵਾਕਿਆ ਕੋਈ ਨਹੀਂ। ਮੈਂ ਆਖੂ ਬਾਏ ਬਾਏ ਤੇ ਇਹਦੇ ਵਰਗੇ ਸਾਏ, ਇਹਦੇ ਵਰਗਾ ਕੋਈ ਹੈ ਇੱਥੇ? ਜਿਵੇਂ ਦੀ ਵੀ ਹੈ ਯਾਰ, ਚੱਲ ਲੜ ਲੈਂਦਾ, ਚੁੱਪ ਅੱਗੂ ਕਰ ਜਾਂਦੀ ਹੈ। ਹੀਰਾ ਹੀਰਾ ਕੀ ਹੋਇਆ ਅੱਬਾ, ਤਬੀਅਤ ਖਰਾਬ ਜਿਹੀ ਲੱਗਦੀ ਪਈ ਤੁਹਾਡੀ? ਤੁਹਾਨੂੰ ਪਤਾ ਵੀ ਹੈ ਮੈਨੂੰ ਟਾਈਮ 'ਤੇ ਰੋਟੀ ਨਾ ਮਿਲੇ ਨਾ, ਮੇਰੀ ਜਾਨ ਨਿਕਲ ਜਾਂਦੀ, ਲੱਤਾਂ ਮੇਰੀਆਂ ਕੰਬਦੀਆਂ ਬੈਠੀਆਂ। ਤੁਹਾਨੂੰ ਪਤਾ ਡਾਕਟਰ ਆਖਿਆ ਵੀ ਟਾਈਮ 'ਤੇ ਰੋਟੀ ਖਾਧੀ ਕਰ, ਜਿਹੜਾ ਟਾਈਮ ਹੁਣ ਤੁਸੀਂ ਬਣਾਈ ਖਲੋਤੇ ਹੋ ਨਾ ਮੇਰੇ ਵਾਸਤੇ। ਨਹੀਂ ਤਾਂ ਤੁਹਾਨੂੰ ਕੋਈ ਨਹੀਂ ਦਵਾਈਆਂ ਕੋਈ ਨਹੀਂ ਦਿੱਤੀਆਂ, ਰੋਟੀ ਕਾਹ ਨਹੀਂ ਦਿੱਤੀ ਮੁਕਾ? ਨਹੀਂ, ਉਹ ਹੈ ਕਿਤੇ? ਅੱਲਾ ਜਾਣੇ ਘਰ ਤੱਕ ਆਏ ਨਾ ਜਿਸ ਵੇਲੇ ਆਇਆ ਬੈਠਾ। ਪਤਾ ਹੈ ਮੈਨੂੰ ਉਹਦੇ ਹੋਮਣੀ, ਤੂੰ ਤਾਂ ਐਵੇਂ ਖਿਆਲ ਹੀ ਬਣਾਈ ਰੱਖਣਾ, ਪਤਾ ਹੈ ਮੈਨੂੰ ਜਿਹਦੇ ਹੋਮਣੀ ਹੈ ਜਿਹਦੇ ਹੋਮਣੀ ਹੈ। ਉਸੇ ਨੇ ਖੱਟੂ ਤਾਂ ਉਹਦਾ ਰੋਲ ਫੇਟ ਹੈ ਨਾ, ਉਹ ਪ੍ਰੇਮੀ, ਉਸੇ ਨੂੰ ਉਹ ਮਿਲਣ ਗਈ ਹੋਮਣੀ। ਆ ਜੰਮਦੀ ਹੈ ਨਾ ਅੱਜ, ਤਾਂ ਮੈਂ ਦਵਾ ਕਰ ਲਈ। ਹਰ ਪਾਸ ਵਧੀਆ ਗੱਲਾਂ ਸੁਣੀ ਦੀਆਂ ਵਧੀਆ ਨਾ, ਹਰ ਰੋਟੀ ਪਕਾ ਕੇ ਦਿੰਦੀ, ਉਹ ਕਿਹਦੇ ਆਉਂਦਾ ਤੇਰਾ ਦੇਣ, ਕਿਦੋਂ ਆਉਂਦੀ ਪਈ ਹੁਣ? ਉਸੇ ਗਈ ਉਸੇ, ਪਤਾ ਨੀ ਕੀ ਤੈਨੂੰ ਉਹਦੇ ਨਾਲ ਦੁਸ਼ਮਣੀ ਹੈ। ਜਦੋਂ ਤੈਨੂੰ ਪਤਾ ਮੈਂ ਸ਼ਾਦੀ ਉਸੇ ਨਾਲ ਕਰਨੀ ਹੈ, ਤੇ ਆਏ ਵੇਲੇ ਮੈਂ ਪੁੱਛ ਕਿਉਂ ਰੱਖਣਾ? ਉਹ ਸ਼ਾਦੀ ਕਰਨੀ ਹੈ, ਸ਼ਾਦੀ ਕਰਨੀ, ਸ਼ਾਦੀ ਤਾਂ ਮੈਨੂੰ ਜਦੋਂ ਹੋਸੀ ਕੋਈ ਹੋਸੀ, ਪਹਿਲੇ ਉਹਦੇ ਨਾਲ ਕੀ ਲੈਣ ਜਾਣੀ? ਲੋਕਾਂ ਤੋਂ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ, ਇਹਦਾ ਕੀ ਹੈ? ਮੈਂ ਰੋਟੀ ਦੇਣੀ ਆ ਤੈਨੂੰ। ਓਏ ਗੱਲ ਸੁਣ ਮੇਰੀ, ਹੁਣ ਅਗਰ ਤੈਨੂੰ ਮੈਂ ਵੇਖ ਲਿਆ ਨਾ ਉਹਦੇ ਨਾਲ, ਜਾਂ ਤੂੰ ਉਹਨੂੰ ਮਿਲਣ ਗਈ ਹੋ, ਤਾਂ ਲੱਤਾਂ ਬੰਨ ਕੇ ਵੜ ਕੇ ਤੈਨੂੰ ਮੈਂ ਦਰਿਆ ਸੱਟ ਛੋੜਨ। ਪਤਾ ਨਹੀਂ ਮੇਰੇ ਨਾਲ ਇਹਨੂੰ ਕਿਹੜੀ ਦੁਸ਼ਮਣੀ ਹੈ, ਅਸੀਂ ਮੇਰੇ ਨਾਲ ਕਰਦਾ ਜਿਵੇਂ ਮਤਰੇ ਵਿਆਹ ਹੁੰਦੇ ਨੂੰ। ਅੱਬਾ ਵੀ ਨਹੀਂ ਸਮਝਾਈਂਦਾ ਉਹਨੂੰ, ਅੱਬਾ ਸਿਰਫ ਮਤਰੇ ਕਰਕੇ ਚੁੱਪ ਕਰ ਜਾਂਦੀ ਹਾਂ। ਤੂੰ ਉਸੇ ਵਿਗੜੀ ਪਿਓ ਦੀ ਵਿਗੜੀ ਔਲਾਦ ਨੂੰ ਮਿਲਣ ਗਈ ਆ ਹੈਂ? ਮੁਕੱਦਸ, ਆ ਪ੍ਰੇਮੀ ਦਾ ਖਿਆਲ ਦਿਲ 'ਚ ਘੱਟ ਜਾ, ਮਤਾ ਤੇਰੇ ਦਿਲ 'ਚ ਹੋਵੇ ਨਾ ਮੇਰੀ ਸ਼ਾਦੀ ਉਸੇ ਦਿਮਾਗ ਵਿੱਚ ਨਾ ਲੈ। ਅੱਬਾ ਮੈਂ ਉਹਦੇ ਨਾਲ ਪਿਆਰ ਕਰਦੀ ਹਾਂ ਤੇ ਮੈਂ ਉਸੇ ਨਾਲ ਸ਼ਾਦੀ ਵੀ ਕਰਦੀ। ਉਹ ਪਿਆਰ ਕਰਦੀ ਹੈ ਡ ਨਸ਼ਈ ਗੁੰਡਾ ਕੁੱਤਾ ਗਲੀਆਂ 'ਚ ਗੁੰਗਾਂ ਵਾਲਾ ਬਦਮਾਸ਼, ਮੈਂ ਉਹ ਧੀ ਦੇ ਛੋੜਨੀ ਹੈ? ਉਹ ਮੈਂ ਧੀ ਨੂੰ ਤੰਦੂਰ 'ਚ ਪਾ ਛੱਡਾਂ, ਬਲਦੇ ਤੰਦੂਰ 'ਚ ਪਾ ਛੱਡਾਂ, ਆਪਣੇ ਹੱਥ ਨਾਲ ਲਓ, ਇਹ ਕੋਈ ਨੂੰ ਆਉਣੀ। ਅੱਬਾ ਸ਼ਾਦੀ ਤੋਂ ਬਾਅਦ ਸਹੀ ਹੋ ਜਾ ਸੀ, ਕਿਉਂ ਤੁਸੀਂ ਨਫ਼ਰਤ ਦਿਲ ਲਈ ਪਾਲ ਲਈ ਉਹਦੇ ਵਾਸਤੇ? ਦੱਸ ਉਹਦਾ ਨਾਂ ਆਪਣੀ ਜ਼ਬਾਨ ਤੋਂ ਹੁਣ ਕੋਈ ਨਾ ਲੈ, ਤੇਰਾ ਦਿਲ ਉਸ ਨੂੰ ਦੀ ਸ਼ਾਦੀ ਹੋ ਸੀ ਕਦੇ ਹੀ ਕਾਇ। ਉਹਦਾ ਨਾਂ ਜ਼ਬਾਨ ਤੇ ਤਾਂ ਨਾ ਲਾਇਆ, ਉਸ ਸੱਤ ਦੇ ਉਹਦਾ ਕੀ ਕਰਾਂ ਜੇ ਇਹਦੇ ਵਿੱਚ ਹੋਇਆ ਹੁੰਦਾ? ਓਏ ਹੋ ਲਿਓ, ਉਸ ਤੇਰੇ ਦਿਲ ਨੂੰ ਮੈਂ ਕੀ ਕਰਾਂ ਹੈ ਨਾ, ਮੈਂ ਕੱਢ ਕੇ ਕਿਦਾਂ ਸੱਟ ਸਕਣਾ? ਉਹ ਕੁਝ ਹਯਾ ਕਰ, ਹਯਾ ਕਰ, ਉਹ
कै खाते दा नहीं निखट्टू लाटो ओए ओ सारे जमाने दा गुंडा मैं कायनू देवनी मैं कोई नू देवना कोई नू देवना कोई नू देवना मेरा अटल फैसला ही अब्बा क्यों जिद करदा मैं ते ये सत बहु प्या हुई है ते मैं चाहनी हां मैं हमेशा ते बुए तो रुखसत हो के जावा पर नहीं के जावा मैं कोई ऐसी नहीं दिल ले कभी सोच जे ते तेरी इज्जत कोई आंच आवे मैं तेन उदे पर लावना जिदे मैं कुछ शरीफ छोर लगा मैं कोई नू परिमिन तेन देवना ए ख्याल अपने दिल चू कढ़ जा मैं तेन मुड़ मुड़ इया गल मुकद्दस करेंदा पिया मैं तेरा प्यो हाँ मेरी मन जावी बस बिल्कुल हुण ना मिलना है ना तो उदे जावना ए मेरी आखरी गल ही आई तो पहली भी आई कितनी वारी प्रेमी नु आख्या है कि कोई ऐसा शरीफ काम कर ला कोई ऐसा कुछ कर ला जिद ना मेरे ब्याह तो मेरे प्यो दे दिल जगह बना ला प्यार भी मेरे ना अन्ने वाह करता है तो इन्हों के दिल जगह भी नहीं बना सकिया मैं किधे जावा तो किस पास जावा इन्हों समझावा कि उन्होंने सिर फिरे समझावा या अल्लाह तू ही कोई मैनु राह विखा चा ना मेरा वो मनता है ना मेरे ये मनते नो शादी भी मैं इसे नाल ही करनी है तो मैं घरदियां नूं किवें राजी करां तो उन्होंने मैं किवें समझावा मैं तो जलील तो तंग हो ही पई हाँ कोई राह मैनु अल्लाह तू विखा दे कोई एक गल सियाणा हो जाए बिरादरी एक तो शादी मैं भी कर नहीं करनी मैं सारी जिंदगी प्यो दे बूहे ते बैठी रहा सा मगर प्रेमी तो इलावा मैं शादी कोई नहीं करनी शुक्र है मैं तेरे लिए जाता पा तो फोन चा लिया कर किसी यार मैं एक काम फसया हुआ हूँ तेनों पता ही है कि जो मैं किसी काम फस जावा ना जितना तक मैं उस काम निकला ना मैं किसी का फोन नहीं सुन ਇੱਡਾ ਤੂੰ ਬਸ ਮੈਂ ਪੰਜ ਪੰਜ ਵਾਰੀ ਤੇਰੇ ਫੋਨ ਕਰੀਂਦਾ ਤੂੰ ਇਤਨਾ ਨੂੰ ਵੇਦਾ ਬੰਦ ਕਰ ਦਿੰਦਾ ਮੈਂ ਨਿਕਲ ਨਹੀਂ ਗਿਆ ਉਸ ਕੰਮ ਹੁਣ ਮੈਨੂੰ ਤੂੰ ਦੱਸੋ ਕਿਉਂ ਪਰੇਸ਼ਾਨ ਹੈ ਤੇ ਕਿਉਂ ਇਤਨੀਆਂ ਗੱਲਾਂ ਕਰਦਾ ਰਿਹਾ ਪਰੇਸ਼ਾਨ ਕਿਵੇਂ ਨਾ ਹੋਵਾਂ ਯਾਰ ਮੁਕੱਦਸ ਦੇ ਜਿਹੜੇ ਘਰ ਦੇ ਨਹੀਂ ਉਹਦਾ ਮਾਂ ਪਿਓ ਉਹਦਾ ਜਿਹੜਾ ਫਿਰਾ ਹੈ ਉਹ ਜਿਹੜਾ ਐਵੇਂ ਮਾਈਕਲ ਜੈਕਸਨ ਬਣਿਆ ਰਹਿੰਦਾ ਉਸ ਤੋਂ ਮੈਂ ਬੜਾ ਤੰਗ ਆ ਬੜਾ ਐਵੇਂ ਉਹ ਛੋਦੀ ਤੰਗ ਕੀਤੀ ਰੱਖਦੇ ਨੇ ਤੇ ਮੇਰਾ ਤੈਨੂੰ ਪਤਾ ਘਰ ਦੇ ਤਾਂ ਮੰਦੇ ਨਹੀਂ ਹੈ ਤੇ ਮੈਂ ਹੁਣ ਆਪ ਹੀ ਜਾਣਾ ਉਹਦੇ ਰਿਸ਼ਤੇ ਵਾਸਤੇ ਰਿਸ਼ਤਾ ਮੈਨੂੰ ਜੇ ਸੁਣਾ ਕੀਤੀ ਨਾ ਮੈਂ ਪੂਰੇ ਟੱਬਰ ਨੂੰ ਅਗਲਾ ਬਸ ਕਰੋ ਬਸ ਕਰ ਠੱਡਾ ਹੋ ਥੋੜਾ ਜਿਹਾ ਤੋ ਰਿਸ਼ਤਾ ਲੈਣਾ ਉਹਨਾਂ ਦੇ ਕੋਲ ਮੈਂ ਦੀ ਧੀ ਲੈਣੀ ਹੈ ਤੇ ਮੀਆਂ ਐਂ ਲਵਿੰਦੀਆਂ ਨਾ ਹੋਰ ਕਿਵੇਂ ਲਵਿੰਦੀਆਂ ਗੱਲ ਸੁਣ ਮੇਰੀ ਗੱਲ ਸੁਣ ਐ ਥੋੜਾ ਜਿਹਾ ਜਿਹੜਾ ਨਾ ਆਪਣਾ ਗੁੱਸਾ ਇਹਨੂੰ ਥੋੜਾ ਠੱਡਾ ਕਰ ਤੂੰ ਕੁਝ ਇਹ ਸੋਚ ਤੂੰ ਤਾਂ ਹੋਇਆ ਆਪਣੇ ਮਾਂ ਪਿਓ ਤੇ ਇੱਕੋ ਇੱਕ ਤੇ ਯਾਰ ਉਹਨਾਂ ਨੂੰ ਕੋਈ ਨਹੀਂ ਪਤਾ ਵੀ ਉਹ ਪਿਆਰ ਕਰਦੇ ਨੇ ਆਪਾਂ ਤੇ ਜਦੋਂ ਉਹ ਮੱਠਾ ਥੋੜ੍ਹਾ ਆਪਣੇ ਆਪ ਦਾ ਦਿਮਾਗ ਠੱਡਾ ਕਰ ਮੇਰੀ ਗੱਲ ਸੁਣ ਲੈ ਮੈਂ ਤੇਰਾ ਵਿਹਲੀ ਹਾਂ ਅਤੇ ਮਸ਼ਵਰਾ ਦੇ ਸਾਂ ਚੰਗਾ ਮਸ਼ਵਰਾ ਦੇ ਸਾਂ ਹਾਲਾ ਦੱਸ ਤੂੰ ਲੈਣੀ ਇਹਨਾਂ ਦੇ ਕੋਲ ਦੀ ਇਹ ਜਿਵੇਂ ਤੂੰ ਹਰ ਟਾਈਮ ਬਦਮਾਸ਼ ਬਣ ਕੇ ਜਾਂਦਾ ਹੈ ਅਤੇ ਰੋਹ ਵਿਖਿੰਦਾ ਹੈ ਬੜੇ ਉਹਨਾਂ ਦੇ ਉੱਤੇ ਤੂੰ ਡਰਨਾ ਹੀ ਹੈ ਤਾਂ ਡਰ ਕੇ ਉਹਨਾਂ ਦੀ ਤੈਨੂੰ ਕੌਣ ਦੇਵਣੀ ਬਲਕਿ ਉਹਨਾਂ 'ਤੇ ਤੂੰ ਨਫ਼ਰਤ ਕਰਨੀ ਤਾਂ ਤੂੰ ਕੋਈ ਕੰਮ ਐਸਾ ਕਰੋ ਐਸਾ ਕਰ ਕਿ ਤੂੰ ਉਹਨਾਂ ਦੇ ਦਿਲ ਜਗ੍ਹਾ ਬਣਾ ਮੁਕੱਦਸ ਤੇ ਨਾਲ ਪਿਆਰ ਕਰਦੀ ਨਹੀਂ ਹਾਂ ਉਹਦੇ ਤੈਨੂੰ ਮਸਲਾ ਹੈ ਕੋਈ ਨਾ ਨਹੀਂ ਮਸਲਾ ਤੈਨੂੰ ਉਹਦੇ ਪਿਓ ਤੇ ਬਿਰਾ ਦਾ ਹਾਂ ਉਹਨਾਂ ਦੇ ਸਾਵੇਂ ਚੰਗਾ ਬਣ ਕੇ ਜਾ ਉਹਨਾਂ ਦੀ ਇੱਜ਼ਤ ਕਰ ਤੂੰ ਤਾਂ ਉਹਦੇ ਮਾਂ ਪਿਓ ਤੇ ਇੱਕੋ ਇੱਕ ਅਤੇ ਨਾ ਤੇ ਤੂੰ ਕੋਈ ਭੈਣ ਮਾਂ ਤੇਰੀ ਮਾਰ ਗਈ ਇਸ ਵਾਸਤੇ ਤੈਨੂੰ ਇੱਕ ਲੜਕੀ ਦੀ ਇੱਜ਼ਤ ਦਾ ਕੋਈ ਨਹੀਂ ਪਤਾ ਬੜਾ ਲੜਕੀਆਂ ਦੀ ਇੱਜ਼ਤ ਹੁੰਦੀ ਹੈ ਅਤੇ ਇੰਝ ਜਿਵੇਂ ਤੂੰ ਬਣ ਕੇ ਜਾਂਦਾ ਇੰਝ ਨਹੀਂ ਜਮੀਂਦਾ ਕਦੀ ਕਦੀ ਇੰਝ ਗਿਆ ਪਿਆਰ ਨਾਲ ਅਦਬ ਨਾਲ ਤਾਂ ਹਮਾਂ ਲਿਜਾ ਕੇ ਗੱਲ ਕੀਤੀ ਹੈ ਕਦੀ ਮੈਨੂੰ ਕੀਤੀ ਹੋਣੀ ਸਿਆਣੇ ਸਹੀ ਆ ਗਏ ਜਿਹੜੇ ਚੰਗੇ ਲੱਗਦੇ ਭੈਣ ਬਿਰਾ ਮੈਨੂੰ ਚੰਗੀ ਗੱਲਾਂ ਸਮਝਾ ਤੈਨੂੰ ਮੈਂ ਇਹ ਸਮਝਾਵਣਾ ਮੁੜ ਤੂੰ ਜਿਸ ਟਾਈਮ ਜਾਣਾ ਤੇਰਾ ਪਾਰਾ ਆਉਂਦਾ ਹਾਈ ਤੂੰ ਨਾ ਜਾ ਕੇ ਨਾ ਧਮਕੀਆਂ ਅਤੇ ਹਰ ਕੋਈ ਨਾ ਧਮਕੀਆਂ ਤਾਂ ਨੂੰ ਡਰ ਜਾਂਦਾ ਚਲੋ ਠੀਕ ਹੈ ਮੁੜ ਇੰਝ ਕਰੋ ਮੇਰੇ ਨਾਲ ਚੱਲ ਲਓ ਅਤੇ ਮੁੜ ਜਿੱਥੋਂ ਮੈਂ ਅਗਰਾਂ ਮੰਮਣ ਗਿਆ ਥੜੁੱਕਣ ਲੱਗਾ ਜਾਂ ਕੋਈ ਗੱਲ ਇੰਝ ਦੀ ਹੋ ਜਾਂਦੀ ਮੈਨੂੰ ਤੈਨੂੰ ਪਤਾ ਮੈਂ ਤਬਖੀਰ ਦਾ ਬੜਾ ਮਰੀਜ਼ ਹਾਂ ਮੈਨੂੰ ਕੋਈ ਗੱਲ ਕਰੇ ਮੇਰੀ ਦਸਤੀ ਚੜ ਜਾਂਦੀ ਹਾਲਾ ਹਾਲਾ ਤੂੰ ਗੱਲ ਸੁਣ ਮੇਰੀ ਮੈਂ ਤੇਰੇ ਨਾਲ ਆਉਂਦਾ ਹਾਂ ਕਿ ਗੱਲ ਤੂੰ ਵੀ ਠੱਡੀ ਠੋਕੀ ਉਹਨਾਂ ਨੂੰ ਅਤੇ ਤੂੰ ਜਿਹੜਾ ਨਾ ਤੂੰ ਬਿਲਕੁਲ ਪਿਆਰ ਨਾਲ ਗੱਲ ਕਰਨੀ ਤਾਂ ਹਮਾਂ ਨਾਲ ਗੱਲ ਕਰਨੀ ਗੁੱਸਾ ਨਹੀਂ ਵੀ ਕਾਮਣਾ ਚਲੋ ਠੀਕ ਹੈ ਬਾਕੀ ਅਗਰ ਤੂੰ ਗੁੱਸਾ ਕਰਨ ਲੱਗੋ ਤਾਂ ਮੈਂ ਤੇਰਾ ਹੱਥ ਹੀ ਗੁੱਟੇ ਸਾਂ ਸਾਂ ਚੁੱਪ ਹੋ ਜਾਵਾਂ ਬਸ ਚਲੋ ਸਹੀ ਮੈਂ ਨਾ ਵੀ ਉਹ ਜਿਹੜਾ ਮੇਰਾ ਬਣਿਆ ਨਹੀਂ ਅਲੀ ਉਹਦਾ ਪਿਓ ਮਰ ਗਿਆ ਮੈਂ ਨਾ ਉਹ ਵੀ ਮੈਨੂੰ ਨਾ ਮੇਰੇ ਰਾਜ਼ ਦਾ ਹੈ ਉਹਨੂੰ ਵੀ ਲਈ ਚੱਲੀਏ ਜਾਂ ਦੋਵੇਂ ਜਾਣੇ ਫਿਰ ਲਾਲ ਦੋਵੇਂ ਜਾਂਦੇ ਹਾਂ ਚਲੋ ਠੀਕ ਹੈ ਹਾਂ ਕਿ ਮੁੜ ਤਰਾ ਬੰਦੇ ਵੇਖਣ ਵਾਸਤੇ ਲੱਗ ਕਿਤੇ ਮੁੜ ਬਦਮਾਸ਼ ਨਾਲ ਲੈ ਕੇ ਤੁਰ ਪਿਆ ਹਾਂ
आ जा प्यार ते तमन गल करे ना तो जा चलो ठीक हूं मेरा पुत्र मेरी गल सुन मलंगी बिरा का पुत्र नहीं बाबा बतरिया जी हूं ना मैं हूं दिल चू रिश्ता दे छोड़िया बाबा इन विला शिला के ना मुकदस नस्ते मनावना मुद्दे हूँ हाँ कर छोड़ मनावना हाँ बाबा मनावन की की लोड़ है इस वास्ते ना बा तुहानू सिरे चाड़ छोड़ा ओए उस जहल जहल नाल वधी होई हुंदी है जिहड़ा ना किसे काम दा ना कार दा ओए ओदे कोल पुछण दी भी कोई नहीं लोड़ हो जिहदे अब्बा तेरा दिल है ना ते तू उदां ही कर छोड़ ओदे कोल सानू कोई नहीं पुछण दी लोड़ कोई नहीं सानू ना बिरादरी बिरादरी दे विच ऐ उच्चे शिमले वाली पग बनाई खलो मेरा पुत्र मोड़ भी चलो मैं ना बजी ते चलो पुछ लई अब्बा जी तुसी शुरू तो काम ही गलत किते उन किसे दिया ने ना ही किसे कितियां जे दादा अद्दी तुसी हुन दे छोड़े ते अद्दी मैं हुन जे दाद उसे दी है जेड़ी मैं दे छड़ी उस नु हुन ओदा मैं ए अब्बा ओ सगा शादी करके वग जू जावणा है ओदे चाचे आलू ना ते है बोए बांडा वो बांडा जो ते सारा तू सच्चा है ओ जी मैं मेरा पुत्र मरतो है आखणा करना ते मैं उंजे ही है कोई नहीं जरूरत है कोई पहुंचे देवन की का शायद ही कोई नहीं जरूरत जेड़े तो चंद चढ़ाई खलोती है ना बस तुसी ना जिदे थोड़ा दिल करन दा उदा ही तुसी दा कर छोड़ो ये तो कोई पूछण दी काई लोड़ बाकी जरूरत है पूछण दी यो जी है तू कदों पुछिंदा पुछिंदा तो नंदे तू है जना सारी जिंदगी कदी जद मां प्यो दे बूहे ते बैठी हुंदे नु लामा ना देवी प्यो नु ये तो बंदा बंदा मैनू गल करन दा जदों मैं बाहर निकलना तुहाडी बहन किस टाइम उस बन्ने ते बैठी हुंदी है कदी उत्ते बैठी हुंदी है कितनी वेरी मैं चेयर नु समझाया कितनी वेर ऐदा खाड़ा छड़ दे ऐदा खाड़ा छड़ दे पता नहीं की वेखी खलोती है दे विच्चों सिरे ही तां चढ़ी आए जदों तुसीं आख्या मेरी दी अद्धी बोए तेरी ते अद्धी तेरे बिरा दी बहणा नाल कोई नहीं फर्क हुंदा जे बहणा चंगीआं होवन तां हले चलो ठीक है मैं मुड़ भी आ जांदा मैं मलंगी यार मैं ये उंज पक्का करके काम आ जावना सही पिया ना भाई हूँ ओए वेला भी आ गया बस धियां कोल पुछना पुछना बस ठीक है तुसी ओदे नाल फाइनल कर रहे हो जाके गल बात चलो ठीक है मेरा पुत्र मैं मुड़ जांदा पिया ठीक है आज बहु औखी बैठी है तू तेरे ना तेरा मैं स्वांग कर लिया मैं ना तेरे रस्से वट्टी बना तू बड़ी सुखी है से रस्से वट्टी वादा हाँ तू ना उन मिल से अभी बैठी झट तू ले तो प्रेंदी बने की बने इन की आख्या ने मुंह तो मच्छोड़ इतना पाई बैठी मैं तो कुछ ही नहीं आख्या चाह तो गुड़ पका दिता सो पीती है ਕੁਦਿੱਤੀ ਸੋ ਦਵਾਈ ਸ਼ਵਾਈ ਕਾਈ ਨਾ ਕਿ ਜ਼ਹਿਨ ਦਾ ਸਾਰਾ ਉਦਾਈ ਹੈ ਬਾਰਾ ਇਹਦਾ ਜ਼ਹਿਨ ਕੋਈ ਨਹੀਂ ਮੈਂ ਆਪੇ ਦਵਾਈ ਲੈ ਲਈ ਹੈ ਅਸਲਾਮ ਅਲੈਕਮ ਅਸਲਾਮ ਅਲੈਕਮ ਵਾਲੇ ਪੈਸੇ ਆਓ ਓਏ ਕਿਤੇ ਤੁਸੀਂ ਕਿਤੇ ਆ ਗਏ ਮੋਚਾ ਕੀ ਬਾ ਬੋ ਜਤਾ ਕੀ ਹਾਲ ਹੈ ਤੇਰੇ ਪੁੱਤ ਬਿਮਾਰ ਤਾਂ ਕੋਈ ਨਹੀਂ ਠੀਕ ਠਾਕ ਅੱਲਾ ਦਾ ਸ਼ੁਕਰ ਹੈ ਕੀ ਹੋਇਆ ਖੈਰ ਨਾ ਲਾਉਣ ਹੋਇਆ ਤੇਰਾ ਪ੍ਰੇਮੀ ਇੱਥੇ ਸਿੱਧਾ ਗਾਰੀ ਵਾੜੇ ਆਇਓ ਮਜਬੂਰੀਆਂ ਲੈ ਆਉਂਦੀਆਂ ਨਾ ਤੇ ਤੁਹਾਨੂੰ ਚੰਗ ਤੰਗੀ ਤਰ੍ਹਾਂ ਚਾਹਣੇ ਅਸੀਂ ਰਿਸ਼ਤੇ ਵਾਸਤੇ ਆਏ ਆ ਰਿਸ਼ਤਾ ਲੈਣਾ ਹੈ ਜੀ ਮੁਕੱਦਸ ਦਾ ਪ੍ਰੇਮੀ ਵਾਸਤੇ ਰਿਸ਼ਤਾ ਲੈਣਾ ਹੈ ਤੂੰ ਕਹਿੰਦੀ ਵਾਸਤੇ ਮੇਰੀ ਵਾਸਤੇ ਜੀ ਅੱਛਾ ਤੈਨੂੰ ਮੇਰੀ ਤਬੀਅਤ ਤੂੰ ਪਤਾ ਲੱਗਦਾ ਪਿਆ ਮੈਨੂੰ ਠੀਕ ਦੇ ਛੁੜੇ ਸਾ ਉਹ ਚਾਚਾ ਹੁਣ ਉਹ ਜਿਹੜਾ ਅੱਗੇ ਹੁਣ ਤੱਕ ਰਹਿੰਦਾ ਰਿਹਾ ਨਾ ਅੱਛਾ ਉਹ ਹੁਣ ਸਾਰੇ ਕੰਮਾਂ 'ਚ ਬਾਸ ਆ ਗਿਆ ਇਹ ਤਾਂ ਬੜੀ ਅੱਛੀ ਗੱਲ ਸਾਰੇ ਕੰਮਾਂ ਤੋਂ ਬਾਸ ਆ ਗਿਆ ਬਦਮਾਸ਼ੀ ਤੇ ਲਫੇਟ ਪੁਣੇ ਤੋਂ ਮੈਂ ਸਾਰਾ ਹੁਣ ਤੁਸੀਂ ਇਹਦਾ ਕੋਈ ਵੀ ਨਾ ਵੇਖੋ ਅਲ ਮੇਰੇ ਕੋਲ ਹਰ ਸ਼ੇ ਤੋਂ ਛੋੜ ਦਿੱਤੀ ਬਿਲਕੁਲ ਛੋੜ ਦਿੱਤੀ ਤੇ ਕਿਦਾ ਰਿਸ਼ਤਾ ਹੀ ਅੱਛਾ ਜਿਹਾ ਲੱਭ ਲਿਆ ਅੱਬਾ ਉਹ ਸੱਚ ਆਂਦਾ ਪਿਆ ਜੇ ਹਰ ਸ਼ੇ ਛੋੜ ਦਿੱਤੀ ਹੈ ਨਾ ਪ੍ਰੇਮੀ ਤੇ ਸਾਡਾ ਜੁੰਡਾ ਵੀ ਛੋੜ ਦੇ ਸਾਡਾ ਜੁੰਡਾ ਹੀ ਹੁਣ ਹਰ ਸ਼ੇ ਤੋਂ ਛੋੜ ਦਿੱਤੀ ਅੱਬਾ ਉਹ ਸਹੀ ਆ
सुल्तान आई तू ਹਾਏ ਵੇਲੇ ਉਹਨੂੰ ਗੁੰਡਾ ਤੇ ਪਿਆ ਅੱਜ ਤਾਂ ਤੇ ਪੋਤੇ ਅੱਬਾ ਮੈਨੂੰ ਗੁੰਡਾ ਲੱਗਦਾ ਪਿਆ ਉਹ ਤੂੰ ਵੇਂਦਾ ਵੇਖ ਰਿਸ਼ਤੇ ਲੈਣ ਵਾਲਾ ਤੇਰਾ ਮੂੰਹ ਹੈ ਬੜਾ ਮੈਂ ਬਰਦਾਸ਼ਤ ਕੀਤਾ ਤੇ ਹੁਣ ਮੈਂ ਰਿਸ਼ਤਾ ਲੈ ਕੇ ਜਾਣਾ ਹੀ ਜੱਡੀ ਦਾ ਕੋਈ ਅੰਕੀ ਮੇਰੇ ਰਿਸ਼ਤਾ ਉੱਠ ਜਾ ਪਰ ਜਾ ਰਿਸ਼ਤਾ ਐ ਦੂ ਐ ਰੇ ਰਿਸ਼ਤਾ ਲੈ ਕੇ ਜਾਣਾ ਨਹੀਂ ਤੁਹਾਨੂੰ ਛੋੜੇ ਨਾ ਖੜੀ ਬਸ ਪ੍ਰੇਮੀ ਬਸ ਇਹ ਨਾ ਕਰੀ ਬਾ ਮੈਂ ਬਦਮਾਸ਼ੀ ਛੱਡ ਦਿੱਤੀ ਬਸ ਮੇਰੇ ਹੱਟ ਕੁੱਤਿਆ ਤੇਰੇ ਯਾਰਾਂ ਜਿੱਤੇ ਮੇਰੇ ਸਿਰ ਤੇ ਵਾਲ ਹਨ ਤੂੰ ਮੇਰੇ ਪੁੱਤ ਦੇ ਹੱਥੀ ਪੁੱਛੇ ਤੈਨੂੰ ਤਾਂ ਮੈਂ ਬੋਨ ਛੱਡਾਂ ਤੂੰ ਮੇਰੇ ਪੁੱਤ ਦੇ ਹੱਥੀ ਪੁੱਛੇ ਮੈਂ ਹੁਣ ਜੀ ਇਹਨੂੰ ਡੋਲ ਛੋੜਨਾ ਪਰ ਤੂੰ ਮੇਰੇ ਪੁੱਤ ਦੇ ਹੱਥੀ ਪੁੱਛੇ ਹੁਣ ਨਿਕਲ ਜਾ ਸਾਡੇ ਘਰੋਂ ਚੱਲ ਨਿਕਲ ਜਾ ਆ ਜਾ ਤੇਰੇ ਕੋ ਪਿਆਰ ਨਾਲ ਰਿਸ਼ਤਾ ਮੰਗਿਆ ਨਾ ਤੂੰ ਪਿਆਰ ਨਾਲ ਰਹੋ ਕਿ ਮੇਰੀ ਤਬੀਅਤ ਨੂੰ ਤੂੰ ਜਾਣਨਾ ਇਹ ਨਹੀਂ ਜਾਣਦਾ ਪਰ ਜਾ ਤੂੰ ਪੁੱਤ ਨੂੰ ਸਮਝਾ ਲੈ ਉਹ ਮੇਰੀ ਗੱਲ ਸੁਣ ਪ੍ਰੇਮੀ ਤੇਰੇ ਮੈਂ ਅੱਜ ਇੱਕ ਗੱਲ ਵੀ ਦੱਸ ਲਿਆ ਮੈਂ ਇਸ ਦਾ ਰਿਸ਼ਤਾ ਕਰ ਛੱਡੀ ਤੈ ਆਪਣੇ ਮਲੰਗੀ ਫਿਰਾ ਦੇ ਚੁਹਾਰ ਨਾਲ ਖਬਰਦਾਰ ਆਇੰਦਾ ਵਾਸਤੇ ਇਸ ਗੰਦੀ ਜ਼ਬਾਨ ਤੇ ਤੋ ਮੇਰੀ ਧੀ ਦਾ ਨਾਂ ਲਾ ਅੱਬਾ ਕੀ ਆ ਓਏ ਐਡੀ ਦਾ ਕੋਈ ਜਮਿਆ ਹੀ ਨਹੀਂ ਤੂੰ ਰਿਸ਼ਤਾ ਲੈਣਾ ਵੇ ਮੈਂ ਲਾਸ਼ਾਂ ਵਿੱਚ ਆ ਦੇ ਸਾ ਤੂੰ ਜਿਨਾ ਸਜਾ ਸੰਦੇ ਓਏ ਲਾਸ਼ਾਂ ਓ ਖਲੋ ਤੂੰ ਮੈਂ ਇਸ ਮੱਲੇ ਚ ਨਜ਼ਰ ਆ ਗਿਆ ਤੈਨੂੰ ਮੈਂ ਦੱਸਾਂ ਲਾਸ਼ਾਂ ਤੋਂ ਵਿਛਾ ਦੇਵਣੀਆਂ ਜਿਹੜਾ ਡੋਲੀ ਲੈਣਾ ਸੀ ਨਾ ਮੈਂ ਉਹਦਾ ਗਲ ਵੱਜ ਕੇ ਤੇ ਵਾਪਸ ਗਲ ਛੱਡਸਾਂ ਜੰਜ ਦੀ ਜੰਜ ਨੂੰ ਅੱਗ ਲਾ ਛੜੇ ਸਾ ਅੱਛਾ ਜਿਹੜਾ ਨਾ ਹੁੰਦੋ ਵੀ ਨਾ ਤੂੰ ਉਹ ਕਰ ਲੈ ਸਾਡੇ ਘਰੋਂ ਦਫ ਹੋ ਜਾ ਮੈਂ ਹੁਣ ਤੈਨੂੰ ਕਰਕੇ ਵਿਖਾਣੀ ਅੱਛਾ ਜਾ ਜਾ ਕਰ ਤੂੰ ਕਰਕੇ ਅੱਛਾ ਅੱਛਾ ਦੇਰੀ ਚ ਗੱਲ ਜਹੀ ਨਾ ਲੋ ਨਾ ਨਾ ਇਹਦਾ ਘੁੱਟ ਭਰ ਛੋੜਾ ਮਾਰ ਛੱਡਾ ਮੈਨੂੰ ਕਿਆ ਨਹੀਂ ਮਾਰ ਦੇ ਲਾਇਆ ਕੋਈ ਬੰਦੂਕ ਚਾ ਕੇ ਤੇ ਮਾਰ ਚ ਮੈਨੂੰ ਗੋਚ ਕੰਦੀ ਮੇਰੀ ਇੰਨੇ ਰਿਸ਼ਤੇ ਮੰਗੀ ਨਹੀਂ ਦੇਣੀ ਇੰਨੇ ਮੰਗੀ ਨਹੀਂ ਜੇ ਸਾਡੇ ਕੋਲ ਰਿਸ਼ਤਾ ਮੰਗਦਾ ਪਿਆ ਅੱਬਾ ਇਹ ਤਾਂ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਵੀ ਤੂੰ ਮੇਰਾ ਰਿਸ਼ਤਾ ਤਾਂ ਕਾ ਛੱਡਿਆ ਚੁੱਪ ਜੋੜੀ ਮੈਂ ਕਰ ਛੱਡੀ ਉਹ ਕਰ ਛੱਡੀ ਮੈਂ ਤੇਰਾ ਰਿਸ਼ਤਾ ਤੈ ਕਰ ਅੱਬਾ ਬਸ ਮੈਂ ਸਾਰੀ ਜ਼ਿੰਦਗੀ ਤੇ ਬੂਹੇ ਤੇ ਬੈਠੀ ਰਸਾਂ ਮਗਰ ਮੈਂ ਸ਼ਾਦੀ ਅਗਾ ਕਿਦਾਈ ਵੀ ਨਹੀਂ ਕਰਨੀ ਜੇ ਹੋਈ ਨਾ ਤੋ ਪ੍ਰੇਮੀ ਨਾਲ ਹੋਸੀ ਵਰਨਾ ਮੈਂ ਤੇ ਬੂਹੇ ਤੇ ਬੈਠੀ ਰਸਾਂ ਮੈਂ ਨਾ ਤੇਰੀ ਮੋਈ ਹੋਈ ਦਾ ਰਿਸ਼ਤਾ ਮੈਂ ਹੁਣ ਤੇਰਾ ਹੱਥ ਛੋੜਾਂ ਕਰ ਛੋ ਤੇਰੀ ਮੋਈ ਹੋਈ ਦਾ ਇਹ ਮੈਂ ਤੈਨੂੰ ਦੱਸ ਨਾ ਚਲੋ ਵੇਖ ਲੈਨੀ ਆ ਮੈਂ ਵੀ ਤੇਰੀ ਧੀ ਆ ਕੀ ਵੇਨ ਅਗੂ ਪਿਓਂ ਦੇ ਜ਼ਬਾਨ ਵੇ ਇੱਜ਼ਤ ਨਾਲ ਰਿਸ਼ਤਾ ਮੰਗੇ ਆਇਆ ਤੂੰ ਸਾਰੂ ਬੇਇੱਜ਼ਤ ਕਰ ਕੇ ਕਰ ਛੱਡਿਆ ਉਹ ਦੇ ਨਾਲ ਤਾਂ ਮੈਨੂੰ ਵੱਡਾ ਗੁੰਡਾ ਤੁਸੀਂ ਲੱਗਦੇ ਪਏ ਹੋ ਓਏ ਹੋ ਦਮ ਜਬਰ ਇੱਜ਼ਤ ਅਗਰ ਇੰਜ ਹੁੰਦੀ ਹੈ ਜਿਵੇਂ ਉਸੇ ਇੱਜ਼ਤ ਨਾਲ ਮੰਗਿਆ ਤੇ ਪਤਾ ਨਹੀਂ ਮੋੜ ਬੇਸ ਦੇ ਨਾਲ ਕਿਵੇਂ ਮੰਗਿੰਦਾ ਇਹ ਸਾਡੇ ਕੋਲ ਇੱਜ਼ਤ ਨਾਲ ਰਿਸ਼ਤਾ ਮੰਗਣ ਆਇਆ ਹੈ ਹੈ ਇਹ ਦੀ ਕੋਈ ਨਾ ਭੈਣ ਢੋਲ ਲਿੰਦੋ ਮੈਂ ਤਾਂ ਇੱਥੋਂ ਮੇਰੇ ਹੁੰਦੀ ਕਰ ਤੇ ਮੋੜੇ ਰਿਸ਼ਤਾ ਮੋੜ ਮੈਨੂੰ ਦੇਵਾਂ ਤੇ ਮੋੜੇ ਇੱਥੋਂ ਜਿਸਰ ਮੈਂ ਦੋ ਕੰਦ ਮੋਟੋ ਦੇ ਲਾਈਆਂ ਮੈਨਾਂ ਇਹਨੂੰ ਹੀ ਪਤਾ ਲੱਗ ਜਾਵੇ ਬਾਹਣ ਵਿੱਚ ਬੈਣ ਹੁੰਦੀ ਤੇ ਤੂੰ ਸਾ ਕਿਤੇ ਲੈਣੀ ਆ ਮੈਂ ਵੱਟੇ ਚ ਮੈਂ ਲਵਾਂ ਮੂੰ ਤਾਂ ਜੇ ਕਰਦੇ ਵੀ ਤੇ ਇਹਨੂੰ ਦੇਵਣੀ ਆ ਕਿ ਮੈਂ ਆਪਣਾ ਨਾਂ ਪੈ ਲੈਣਾ ਕੀ ਇਹ ਕਿ ਮੈਂ ਪ੍ਰੇਮੀ ਆ ਤੂੰ ਫਿਲਮੀ ਅਦਾਕਾਰ ਬਣੂ ਮੁੰਨਾ ਤੂੰ ਕਲਾਸਾਂ ਲੈ ਕੇ ਆਇਆ ਤੂੰ ਤਾਂ ਰਿਸ਼ਤਾ ਮੰਗੇ ਚਗਲ ਜਈ ਆ ਇੰਜ ਬਲਾ ਰਿਸ਼ਤੇਦਾਰਾਂ ਕੋਲ ਰਿਸ਼ਤੇ ਮੰਗਿੰਦੇ ਜਿਹੜੇ ਤੇਰੇ ਦਿਲ ਲਵੇ ਤੂੰ ਘਰ ਛੋੜੀ ਕਚਲ ਜਾਈ ਹਾਂਜੀ ਆਪਣੀ ਮੁਕੱਦਮ ਨੂੰ ਜਾਂ ਸੁਣਾਇਆ ਮਾਮਾ ਕਿਦੇ ਪਤਾ ਨਹੀਂ ਮੈਂ ਤਾਂ ਕੋਈ ਪਤਾ ਕਿਦੇ ਗਿਆ ਤੈਨੂੰ ਕੋਈ ਨਹੀਂ ਪਤਾ ਕਿਦੇ ਗਿਆ ਹੋਇਆ ਉਹਨੂੰ ਜਿੱਥੋਂ ਲਭਾਈ ਨਾ ਉਹਨੂੰ ਲਾਭ ਕੇ ਤੇ ਉਹਨੂੰ ਆਖ ਜਿੱਥੇ ਮੁਕੱਦਸ ਤੈਨੂੰ ਮਿਲਦੀ ਆ ਨਾ ਉੱਥੇ ਫੌਰਨ ਆਵੇ ਮੈਨੂੰ ਮਿਲੇ ਠੀਕ ਹੈ ਹਾਂ ਉਹ ਪਤਾ ਨਹੀਂ ਕਿਦੇ ਪਿਸਟਲ ਲੈਣ ਗਿਆ ਮੈਂ ਦੱਸਦਾ ਤਾਂ ਪਿਆ ਪਿਸਟਲ ਲੈਣ ਗਿਆ ਓਏ ਹਾਲ ਓਏ ਸੁੱਤੇ ਹੋਏ ਸੱਪ ਨੂੰ ਮੋਹ ਮੇਰੇ ਘਰ ਦੇ ਜਗਾ ਛੱਡਿਆ ਜਲਦੀ ਜਾ ਉਹਨੂੰ ਆਗ ਮੁਕੱਦਸ ਨੂੰ ਤੇ ਇਹਨਾਂ ਜ਼ਰੂਰੀ ਕੰਮ ਹੈ ਤੇ ਉਹ ਥਾਈ ਮੈਨੂੰ ਮਿਲੇ ਜਿੱਥੇ ਰੋਜ਼ ਮਿਲਦਾ ਬਚ ਕੇ ਜਾ ਮਰ ਗਈ ਆ ਜਿਹੜੀ ਗੱਲ ਦਾ ਮੈਨੂੰ ਡਰ ਆਈ ਨਾ ਉਹ ਗੱਲ ਹੋ ਗਈ ਮੇਰੇ ਪਿਓ ਤੇ ਮੇਰੇ ਵਿਆਹ ਨੂੰ ਅੰਦਾਜ਼ਾ ਹੀ ਕੋਈ ਨਹੀਂ ਬਈ ਉਹ ਕੀ ਹੋ ਗਿਆ ਹੈ ਹੋਏ ਮੈਂ ਕੀ ਕਰਾਂ ਬਾਅਦ ਚੋਗਾਂਗਾ ਤੇ ਸਾਈਨਾਂ ਨੂੰ ਫਿਰ ਲਾਲ ਮੈਂ ਉਹਨੂੰ ਚੱਕਾਂ ਜਾ ਕੇ ਸ਼ੁਕਰ ਹੈ ਤੂੰ ਆ ਗਿਆ ਕੀ ਹੋਇਆ ਕੀ ਇੱਕੇ ਵਾਰੀ ਬੰਬ ਫੁੱਟ ਗਿਆ ਬਈ ਤੇਰੇ ਵਾਸਤੇ ਕਿਹਨੂੰ ਪਿਸਟਲ ਮੰਗਦਾ ਵਦਾਂ ਤੇ ਕੀ ਕਰੂੰ ਐਂ ਆਪੇ ਆਪ ਨੂੰ ਮਾਰੂੰ ਕਿ ਮੈਨੂੰ ਮਾਰੂੰ ਐਂ ਜੇ ਤੂੰ ਮੈਨੂੰ ਨਾ ਠਈ ਤਾਂ ਮੈਂ ਆਪਣੇ ਆਪ ਨੂੰ ਹੀ ਮਾਰਨਾ ਮੇਰੀ ਹੁਣ ਬੜੀ ਬਿਜ਼ਤੀ ਹੈ
ਮੈਨੂੰ ਤਾਂ ਇਸ ਗੱਲ ਦਾ ਕੋਈ ਨਹੀਂ ਪਤਾ ਵੀ ਮੇਰੇ ਘਰ ਦਾ ਰਿਸ਼ਤਾ ਤੈ ਘਰ ਛੱਡਿਆ, ਮੈਨੂੰ ਤਾਂ ਹੁਣ ਤੇਰੇ ਸਾਹਮਣੇ ਪਤਾ ਲੱਗਦਾ ਹੈ। ਤੈਨੂੰ ਨਹੀਂ ਪਤਾ ਪਰਲੀ ਚੁੱਕੀ ਉੱਠੇ ਸਾਰੇ ਬਿਲਾਦਰੀ 'ਚ ਗੱਲ ਲੱਗ ਗਈ ਹੈ, ਠੀਕ ਹੈ? ਅਤੇ ਜੇਕਰ ਤੂੰ ਮੈਨੂੰ ਨਾ ਮਿਲੀ ਤਾਂ ਜਿਹੜੀ ਕਾਰ ਤਾਂ ਮੈਂ ਕਰਨੀ ਜਹਾਨ ਵੇਖਣਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਭਾਈ, ਪਤਾ ਨਹੀਂ ਅੱਬੇ ਤੇ ਮੇਰੇ ਵਿਆਹ ਨੂੰ ਤੇਰੇ ਕੋਲ ਕਿਹੋ ਜਿਹੀ ਐਡੀ ਨਫ਼ਰਤ ਆਈ ਖਲੋਤੀ ਹੈ। ਮੈਂ ਬੜਾ ਬਰਦਾਸ਼ਤ ਕੀਤਾ ਜੀ, ਤੇਰੇ ਸਾਹਮਣੇ ਦੀ ਗੱਲ ਹੈ, ਗਿਰੇਬਾਨ ਤੇ ਵੱਗੇ ਨੂੰ ਇੰਝ ਹੁੰਦੀ ਸਾ ਤੋਂ। ਅੱਛਾ ਠੱਡੇ ਦਿਮਾਗ ਨਾਲ ਸੋਚੋ ਕਿ ਮੈਂ ਕੀ ਕਰਾਂ, ਕੋਈ ਐਸਾ ਮੈਨੂੰ ਹਿੱਲਾ ਦੱਸੋ ਜਿਹਦੇ ਨਾਲ ਮੈਂ ਉਹਨਾਂ ਨੂੰ ਠੱਡਿਆ ਕਰ ਲਈ ਅਤੇ ਤੇਰੇ ਘਰ ਮੰਨ ਜਾ ਮੈਨੂੰ। ਮੈਂ ਉਹਨਾਂ ਨੂੰ ਕੋਈ ਨੂੰ ਠੱਡਿਆ ਕਰਨਾ, ਮੈਨੂੰ ਤੇਰੇ ਨਾਲ ਪਿਆਰ ਵੀ ਪਵੇ ਅਤੇ ਹੁਣ ਜ਼ਿੱਦ ਵੀ ਬੜੀ ਹੈ। ਪ੍ਰੇਮੀ ਤੈਨੂੰ ਮੈਂ ਇੱਕ ਗੱਲ ਦੱਸਾਂ, ਮੈਨੂੰ ਆਪਣੇ ਘਰਦਿਆਂ ਦੀ ਇੱਜ਼ਤ ਉੱਤੇ ਕਾਸ਼ਾ ਨਹੀਂ ਅਤੇ ਮੇਰੇ ਘਰਦੇ ਤੈਥੋਂ ਨਫ਼ਰਤ ਕਰਦੇ ਨੇ। ਇਸ ਨੌਬਤ 'ਤੇ ਨਾਲ ਆਇਆ ਵੀ ਕਿ ਕੱਲ੍ਹ ਨੂੰ ਮੈਨੂੰ ਵੀ ਤੇਰੇ ਤੋਂ ਨਫ਼ਰਤ ਹੋ ਜਾਵੇ, ਮੈਂ ਤੇਰੇ ਨਾਲ ਪਿਆਰ ਕਰਦੀ ਹਾਂ, ਤੂੰ ਕਿਉਂ ਨਹੀਂ ਸਮਝਦਾ? ਅੱਛਾ ਠੀਕ ਹੈ, ਅਗਰ ਤੂੰ ਇਸੇ ਜ਼ੇਦ 'ਤੇ ਨਾ ਤੂੰ ਬਦਮਾਸ਼ੀ ਨਹੀਂ ਛੱਡਾਈ ਤਾਂ ਮੈਂ ਜਾ ਕੇ ਤੇ ਅੱਬੇ ਨੂੰ ਆਉਣੀ ਆ ਉਠਾਈ ਮੇਰੀ ਸ਼ਾਦੀ ਕਰ ਛੱਡੇ, ਮੋ ਤੂੰ ਸਹਿਜ 'ਤੇ ਇੰਤਜ਼ਾਰ ਕਰਦਾ ਵੀ ਤਾਂ ਡੋਲੀ ਕੋਈ ਹੋਰ ਲੈ ਜਾਸੀ। ਤੈਨੂੰ ਇਹ ਗੱਲ ਮਨਜ਼ੂਰ ਹੈ? ਹਾਂ। ਜੇ ਮੈਂ ਫਾ ਲਾ ਲਵਾਂ ਜੇ ਤੂੰ ਬਿਜਲੀ ਦੀ ਤਾਰਾਂ ਨਾਲ ਲਾ ਛੱਡਾਂ ਤਾਂ ਮੈਂ ਫੜੇ ਕੇ ਮਰ ਜਾਵਾਂ ਤਾਂ ਤੈਨੂੰ ਉਹ ਵੀ ਕਬੂਲ ਹੈ? ਅੱਛਾ ਮੈਂ ਤੈਨੂੰ ਫਾ ਦੇਣੀ, ਮੈਂ ਵੀ ਫਾ ਦੇਣੀ, ਮੈਂ ਤੈਨੂੰ ਫਾ ਦੇਣਾ, ਜੇ ਤੂੰ ਮੇਰੇ ਨਾਲ ਨਸੀਬ ਹੋਈਆਂ ਤਾਂ ਮੈਂ ਵੀ ਤੈਨੂੰ ਫਾ ਦੇਣੀ। ਅੱਛਾ ਠੀਕ ਹੈ ਠੀਕ ਹੈ, ਗੱਲ ਸੁਣ, ਮੈਂ ਉਹਨਾਂ ਖੱਡਿਆਂ ਕਿਵੇਂ ਖਾ ਲੈਂਦੀ ਹਾਂ ਅੱਜ ਸ਼ਾਮ ਤਾਈ ਨਾ, ਮੈਂ ਤੈਨੂੰ ਵੀ ਗੱਲ ਵੀ ਹੈ ਨਾ ਉਹ ਦੱਸੇ ਸਾ, ਬਸ ਆ ਤੂੰ ਬਦਮਾਸ਼ੀ ਛੱਡ ਦੇ। ਜਦੋਂ ਤੂੰ ਮੇਰੇ ਘਰ ਆ ਜਾਣਾ ਨਾ, ਕਈ ਬਦਮਾਸ਼ੀਆਂ ਬਦਮਾਸ਼ੀ ਤਾਂ ਸਾਰੀ ਖਤਮ ਹੋ ਜਾਣੀ। ਖੈਰ ਹੀ ਵੇਖਣਾ, ਮੈਂ ਹੁਣ ਵੀ ਜਿਵੇਂ ਗਿਆ ਮੈਂ ਯਕੀਨ ਮਾਨਵਾਂ ਬਦਮਾਸ਼ੀ ਨਹੀਂ ਕੀਤੀ, ਮੈਂ ਉਹਨਾਂ ਨੂੰ ਇਹ ਆਖਣਾ ਰੋ ਕੇ ਵੀ ਆਖਣਾ ਮੇਰੀ ਜੋੜੀ ਪਾਸ ਬਰਿਸ਼ਤ, ਮੇਰਾ ਹੋਰ ਕੌਣ ਹੈ, ਮੈਂ ਹੋਰ ਕਈ ਨੂੰ ਗੱਲਾਂ ਮੂੰ ਨਾ, ਮੈਂ ਕਿਸੇ ਜ਼ਿੰਮੇਦਾਰ ਕਿਸੇ ਸਰਦਾਰ 'ਤੇ ਮੇਰੀ ਤਾਕ ਨਹੀਂ ਪਾਉਂਦੀ ਵੀ ਉਹ ਮੇਰੀ ਵਾਸਤੇ ਜਾਵੇ ਰਿਸ਼ਤਾ ਲੈਣ, ਇਹ ਮੇਰੀ ਗੱਲ ਹੈ, ਇਹ ਮੈਂ ਆਪ ਮੁਕਾਉਣੀ ਹੈ। ਮੈਨੂੰ ਤਾਂ ਇੱਕ ਵਾਰੀ ਕੋਈ ਸਮਝ ਨਹੀਂ ਆਉਂਦੀ ਪਈ, ਉਹਨਾਂ ਦੀ ਨਫ਼ਰਤ ਇਤਨੀ ਤੇਰੇ ਘਰ ਵੱਧ ਗਈ ਹੈ ਕਿ ਰਿਸ਼ਤੇ ਕਾਰਨ ਤਾਂ ਉਹ ਸ਼ਾਇਦ ਮੰਨੇ ਨਹੀਂ ਨਾ, ਬਾਕੀ ਅੱਜ ਜੋ ਜਾਂਦੇ ਪੈਣ ਕਿਦਾਂ ਉਦਾਂ ਚਾਚੇ ਆ ਲਓ ਅਤੇ ਵੇਖੋ, ਮੈਂ ਉਹਨਾਂ ਨਾਲ ਸਾਫ਼ ਜਿਹਾ ਗੱਲ ਕਰ ਛੱਡਾਂ ਜਾਂ ਉਹਦੇ ਜਵਾਬ ਦੇ ਛੱਡੋ। ਗੱਲ ਸੁਣ ਮੇਰੀ, ਮੈਨੂੰ ਕਹਿਣਾ ਤਾਂ ਕੋਹਨੂੰ ਦਿਸਦਾ ਤੇਰੇ ਵਰਗਾ, ਅਤੇ ਮੈਂ ਬੇਵੱਸ ਹੋ ਜਾਣਾ ਅਤੇ ਮੈਂ ਆ ਜਾਣਾ, ਮੈਨੂੰ ਜਿਵੇਂ ਤੈਨੂੰ ਬਸ ਅਗਲੀ ਗੱਲ ਚੁੱਪ ਹੀ ਰਹਿਣ ਦੇ ਤਾਂ ਠੀਕ ਹੈ। ਅੱਛਾ ਠੀਕ ਹੈ, ਮੈਂ ਕੁਝ ਕਰਦੀ ਹਾਂ, ਪਰੇਸ਼ਾਨ ਨਾ ਹੋ, ਅਤੇ ਪਿਸਟਲ ਵਗੈਰਾ ਜਦੋਂ ਲਿਓ ਆਈ ਨਾ ਉਹਦੇ ਦੇ ਚਾ ਵਾਪਸ, ਚੰਗਾ ਪਰੇਸ਼ਾਨ ਨਾ ਹੋ, ਵੀ ਮੈਂ ਗੱਲ ਜਾਵਾਂ ਅੱਬੂ ਹੋਇਆ ਤਿਆਰ ਹੋ ਕੇ ਉਹਦੇ ਜਾਵਾਂ। ਅੱਲਾ ਦੇ ਵਾਲ ਜਿਹੜੀ ਤੇਰੇ ਵਿਰਾਹ 'ਤੇ ਪਿਓ ਕੀਤੀ ਮੈਂ ਬਰਦਾਸ਼ਤ ਕੀਤੀ, ਪਰ ਤੇਰੇ ਬਗੈਰ ਜੇਕਰ ਮੈਂ ਉਹਨਾਂ ਗਲੀਆਂ 'ਚ ਟੁਰਾਂ ਨਾ, ਇਸ ਜਾਨ ਮੈਨੂੰ ਕਿਵੇਂ ਟੁਰਨ ਦੇਣੀ, ਮੈਂ ਰਹਿ ਵੀ ਨਹੀਂ ਸਕਦਾ ਤੇਰੇ ਭਾਅ। ਉਹ ਪਿਆਂਦੀ ਤਾਂ ਹਾ ਵੀ ਉਹਨਾਂ ਵਗ ਜਾਣਾ ਅਤੇ ਘਰ ਖਾਲੀ ਹੋਣਾ। ਚੱਲ ਪ੍ਰੇਮਿਆ ਅੱਜ ਨਾ ਆਪਣੀ ਚਲਾਕੀ ਵਿਖਾ। ਅੱਬੂ ਮੈਨੂੰ ਤਾਂ ਲੱਗਦਾ ਵਗ ਗਏ ਨੂੰ, ਸਮਝਾ ਤਾਂ ਛੱਡਿਆ ਉਹਨੂੰ। ਮੇਰੀ ਗੱਲ ਸੁਣ, ਅਸੀਂ ਜਾਂਦੇ ਮੈਂ ਤੇਰੇ ਚਾਚੇ ਆ, ਗਾਢ ਮੈਂ ਤੇਰੀ ਪੱਕੀ ਕਰਕੇ ਆ ਜਾਵਾਂਗੇ, ਖਬਰਦਾਰ ਲੱਤ ਘਰੋਂ ਬਾਹਰ ਰੱਖਿਆ, ਇੱਦਾਂ ਲੱਤਾਂ ਮੈਂ ਤੇਰੀ ਕੜਕਾ ਛੋੜੇ ਸਾ। ਅੱਬਾ ਜੇ ਕੰਮ ਵਾਸਤੇ ਜਾਵਾਂ ਹੀ ਨਾ ਜਾ। ਅੱਛਾ ਮਗਰ ਚਾਚੇ ਨੂੰ ਮਿਲ ਚੁੱਲ ਕੇ ਆ ਜਾਵੀਂ, ਮੇਰੀ ਗਾਢ ਪੱਕੀ ਨਾ ਕਰੀ। ਮਿਲਣ ਚੁੱਲਣ ਇਹੋ ਹੈ, ਬਥੇਰੀ ਗਾਢ ਪੱਕੀ ਕਰਨ ਜਾਂਦੇ ਪਾਇਆ ਬਸ। ਪਿਓ ਦੇ ਕੋ ਟਰ ਟਰ ਵੇਖ ਕਰਨ ਦੀ, ਟਰ ਟਰ ਵੇਖ ਕਰਨ ਦੀ ਪਿਓ ਦੀ, ਓਏ ਅੱਬਾ ਮੈਂ ਤਾਂ ਨਾ ਹੂੰ ਠੀਕ ਹੈ, ਢੱਕ ਕੇ ਨਾ ਵਗ ਜਾਵੀਂ ਜ਼ਿੱਦ ਹੈ ਨਾ, ਤੇ ਮੈਂ ਤੂੰ ਚਾਹਨਾ ਕਿ ਮੈਂ ਚਾਚੇ ਦੇ ਘਰ ਪਰਨੀ ਕਿ ਜਾਵਾਂ, ਤੇ ਮੈਂ ਪ੍ਰੇਮੀ ਵਾਲੀ ਗੱਲ ਸੱਚ ਕਰਨੀ ਹੈ, ਮੋਹ ਮੇਰਾ ਜਨਾਜ਼ਾ ਹੀ ਲੈ ਜਾਸੀ। ਕਿਉਂ ਬੈੜੇ, ਕਿੱਥੋਂ ਬੈੜੇ ਲੋ, ਮੈਂ ਸਮਝਾ। ਅੱਬਾ ਬੈਰੇ ਹੋ ਕੋਈ ਨਹੀਂ, ਉਹਨਾਂ ਤੇ ਬੋਏ ਕੋਈ ਨਹੀਂ, ਉਹ ਤਾਂ ਭਾਂਡਾ ਕੋਈ ਨਹੀਂ, ਘੋੜੇ ਨੇ ਅੱਲਾ ਦਾ ਦਿੱਤਾ ਉਹਨਾਂ ਦੇ ਕੋਲ ਬਹੁ ਕੁਝ। ਅੱਬਾ ਮੈਂ ਤਾਂ ਆ ਨਾ ਜਾਂਦੇ ਜੋ ਪੈਸ ਤੇ ਉਹਨੂੰ ਉਂਝ ਡੱਕ ਕੇ ਤਾਲਾ ਲਾ ਕੇ ਜਾਣਾ, ਮੈਨੂੰ ਤਾਂ ਇਸ ਤੇ ਇਤਬਾਰ ਹੀ ਕੋਈ ਨਹੀਂ। ਮੈਂ ਇੱਜ਼ਤ ਖਰਾਬ ਤੁਹਾਡੀ ਕਰਨੀ ਆਉਂਦੀ ਨਾ,
ਤੇ ਜਿਸ ਦਿਨ ਤੁਸੀਂ ਉਹਦੇ ਬੱਕੀ ਪਾਇਆ ਮੈਂ ਉਸੇ ਦਿਨ ਉਹਦੇ ਨਾਲ ਨਸ ਜਾਂਦੀ ਪਈ ਮੈਂ ਆਪਣੇ ਪਿਓ ਦੀ ਨਾ ਇੱਜ਼ਤ ਖਰਾਬ ਨਹੀਂ ਕਰਨਾ ਉਹ ਬਿਸਤ ਦੀ ਆ ਉਲਟਾ ਸਾਡੀ ਕਰਨ ਦਾ ਪਿਆ ਉਹਦੇ ਨਾਲ ਨਸਣੀ ਨਸਣੀ ਉਹਦੇ ਨਾਲ ਇਹ ਕਦੀ ਬਾਈ ਆਵੇਂ ਨਾ ਸੋਚੀ ਕਿ ਤੇਰੀ ਇੱਜ਼ਤ ਮੈਂ ਖਰਾਬ ਕਰ ਸਾਂ ਜਾਂ ਇਹਦੀ ਇੱਜ਼ਤ ਖਰਾਬ ਕਰ ਸਾਂ ਤੁਸੀਂ ਮੈਨੂੰ ਆਪਣੇ ਹੱਥਾਂ ਨਾਲ ਪਰਨਾ ਕਿ ਦੇਸੋ ਮੈਂ ਕਦੀ ਇਹੋ ਜਿਹਾ ਕਦਮ ਨਾ ਚੇਸਾ ਜਾਂ ਤੁਸੀਂ ਬਸ ਠੀਕ ਹੈ ਚਾਚੇ ਦੇ ਕੋਤਾ ਨਾ ਪਰਨੀ ਮੈਂ ਉਹ ਰਿਚ ਜੈ ਨਾ ਮੈਂ ਪਰਨੀ ਬਸ ਕਦੀ ਵੀ ਨਾ ਸੁਚਿਆ ਹੀ ਨਾ ਅਲਾ ਤੂੰ ਨਾ ਇਹਦੇ ਨਾਲ ਤਾਂ ਮੈਨੂੰ ਫਾ ਦੇ ਚਾ ਭਾਈ ਆ ਮੈਨੂੰ ਪਤਾ ਹੈ ਵੀ ਤੈਨੂੰ ਇਹ ਜੇ ਇਹ ਦੀ ਬੋਏ ਮੇਰੇ ਨਾਲ ਅੱਬੇ ਕਰਾਈ ਹੋਈ ਉਹਦਾ ਲਾ ਲੋ ਚੇ ਤਾਂ ਵਾਸਤੇ ਮੇਰੇ ਨਾਲ ਤੂੰ ਜ਼ੁਲਮ ਕਰਿੰਦਾ ਪਿਆ ਜ਼ੁਲਮ ਅੱਬੇ ਦੀ ਸੁਣ ਤੂੰ ਨਿੱਕੀ ਜੀ ਮੇਰੀ ਗੱਲ ਸੁਣ ਜੇ ਤੂੰ ਮੇਰੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕਰੇ ਵੀ ਸਹੀ ਹੈ ਮੈਂ ਤੈਨੂੰ ਇੰਜ ਕਰਕੇ ਸਟੇ ਸਾਂ ਨਾ ਤੂੰ ਸਾਰੀ ਜ਼ਿੰਦਗੀ ਚੁੜ ਚੁੜ ਕੇ ਜਿਸੇ ਚੁੜ ਚੁੜ ਕੇ ਮਰਨਾ ਤੈਨੂੰ ਨੇ ਇੰਜ ਕਰੇ ਸਾ ਸਾਰੀ ਜ਼ਿੰਦਗੀ ਚੁੜ ਚੁੜ ਕੇ ਜਿਸੇ ਤੂੰ ਇੱਜ਼ਤ ਖਰਾਬ ਕਰਕੇ ਮੇਰੀ ਵੇਖ ਵੀ ਲੈ ਅੱਬਾ ਉਹ ਤੂੰ ਹੀ ਲੇਟ ਹੁੰਦੇ ਪਏ ਸਾਡਾ ਤਾਂ ਜ਼ਿਹਨ ਹੀ ਬਦਲ ਜਾਂਦਾ ਜਦੋਂ ਇਹਦੇ ਕੋਲ ਆ ਜਾਂਦਾ ਇਹ ਮਨਹੂਸ ਬਣੀ ਖੁੱਤੀ ਸਾਡੀ ਵਾਸਤੇ ਅੱਬਾ ਮੇਰੀ ਗੱਲ ਸੁਣ ਦੱਸ ਆਮੇ ਤੂੰ ਜਾ ਮੈਂ ਅੱਬੇ ਨਾਲ ਗੱਲ ਕਰਨੀ ਅੱਬਾ ਦੋ ਮਿੰਟ ਬਹੁ ਬਹਿ ਗਿਆ ਅੱਛਾ ਗੱਲ ਕਰ ਤੂੰ ਬਹਿ ਗਿਆ ਸਿਰਫ ਤੂੰ ਆਮੇ ਨੂੰ ਸਿਰਫ ਜੰਮੇ ਹੋਇਆ ਮੈਂ ਕਾਹ ਨਹੀਂ ਤੇਰੀ ਔਲਾਦ ਹੂੰ ਕਿਉਂ ਨਹੀਂ ਤੂੰ ਮੇਰੇ ਮੈਂ ਤੇਰੇ ਬਾਰੇ 'ਚ ਸੋਚਦੀ ਅੱਬਾ ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ ਉਹ ਕਿਉਂ ਤੂੰ ਇਹਨੂੰ ਸੋਚਦੀ ਕਿ ਆਮੇ ਪੋਤਰੇ ਤੂੰ ਇੱਕ ਦੀ ਹੈ ਇਹ ਕਿਉਂ ਨਹੀਂ ਸੋਚਦੀ ਤੂੰ ਅੱਛਾ ਪੋਤਰੇ ਤੇ ਦੀ ਹੈ ਫਰਕ ਕਦੋਂ ਤਾਈ ਹੈ ਲੋਕੀ ਕਲਸੇ ਤੈਨੂੰ ਅੱਬਾ ਸਮਝਣੀ ਚਾਹੀਦੀ ਏ ਇਹ ਚੀਜ਼ਾਂ ਦਾ ਪਿਆ ਨਾ ਕਿ ਧੀਆਂ ਦੀ ਇੱਜ਼ਤ ਜ਼ਿਆਦਾ ਹੁੰਦੀ ਹੈ ਪੁੱਤਰਾਂ ਨਾਲੋਂ ਤੇ ਮੈਂ ਮੇਰੀ ਇੱਜ਼ਤ ਦਾ ਤੈਨੂੰ ਕਿਉਂ ਨਹੀਂ ਖਿਆਲ ਸਾਡੇ ਖਾਨਦਾਨ ਵਿੱਚ ਕੋਈ ਨਾ ਮੈਂ ਫਲਾਣਾ ਲੈਣਾ ਮੈਂ ਫਲਾਣਾ ਲੈਣਾ ਮੈਂ ਤੇਰੇ ਮੋੜ ਮੋੜ ਪਿਆ ਨਾ ਪ੍ਰੇਮੀ ਦਾ ਨਾਂ ਘੱਟ ਚਾ ਅੱਬਾ ਉਹ ਮੈਂ ਉਹਦੇ ਨਾਲ ਪਿਆਰ ਕਰਦੀ ਹਾਂ ਉਹ ਮੇਰੇ ਨਾਲ ਕਰਦਾ ਹੈ ਉਹ ਆਪਣੇ ਆਪ ਨਾਲ ਕੁਝ ਕਰ ਲਈ ਸੀ ਅੱਬਾ ਮਰ ਜਾਵੇ ਮਰ ਜਾਵੇ ਕੁੱਤੇ ਦੀ ਮੌਤ ਮਰਨਾ ਮਰ ਜਾਵੇ ਅੱਬਾ ਆ ਵੇਖ ਮੈਂ ਤੇਰੇ ਗੁ ਹੱਥ ਜੋੜਦੀ ਪਈ ਆਈ ਤੂੰ ਮੇਰੀ ਗੱਲ ਸੁਣ ਆਖਿਰ ਇੱਕ ਵਾਰੀ ਤਾਂ ਮੇਰਾ ਪਿਓ ਬਣ ਕੇ ਸੋਚ ਲਾ ਕਿਉਂ ਤੂੰ ਆਮੇ ਦੀ ਜ਼ਬਾਨ ਬੋਲਦਾ ਪਿਆ ਤੇਰੇ ਵਿੱਚੋਂ ਕਿਉਂ ਨਹੀਂ ਮੇਰੇ ਪਿਓ ਬਣ ਕੇ ਆਵਾਜ਼ ਕਿਉਂ ਨਹੀਂ ਤੇਰੇ ਮੂੰਹ 'ਚ ਨਿਕਲਦੀ ਹਮੇਸ਼ਾ ਤੂੰ ਆਮੇ ਦਾ ਸੋਚਦਾ ਮੈਂ ਤੇਰੀ ਔਲਾਦ ਕੋਈ ਨਹੀਂ ਉਹ ਮੁਕੱਦਸ ਉਹਦਾ ਨਹੀਂ ਕਿਰਦਾਰ ਸਹੀ ਮੈਂ ਕੋਈ ਨੂੰ ਉਹਨੂੰ ਦੇਵਣਾ ਉਹਦਾ ਨਹੀਂ ਕਿਰਦਾਰ ਸਹੀ ਗੁੰਡਾ ਲੁੱਚਾ ਲਿਫੰਗਾ ਮੈਂ ਨਹੀਂ ਉਹਨੂੰ ਦੇਵਣੀ ਮੈਂ ਇੱਕ ਸ਼ਰੀਫ ਉਹ ਮੈਂ ਇੱਕ ਸ਼ਰੀਫ ਇਨਸਾਨ ਨੂੰ ਦੇਵਣਾ ਚਾਹੁੰਦਾ ਮੇਰੇ ਬਰਾ ਦਾ ਪੁੱਤਰ ਸ਼ਰੀਫ ਹੈ ਅੱਛਾ ਚੰਗਾ ਹੈ ਜ਼ਮੀਨ ਇਹਨੇ ਹਰ ਢੋਰ ਇਹਨੇ ਹਰ ਸ਼ਾਇ ਇਹਨੇ ਕਿਸੇ ਸ਼ਾਇ ਦੀ ਕਮੀ ਨਹੀਂ ਤੇਰੀ ਗਲਤ ਫਹਿਮੀ ਹੈ ਮਲੰਗੀ ਜਿਤਨਾ ਕਿ ਲਾਲਚੀ ਹੈ ਨਾ ਉਹ ਸੀ ਉਹ ਮੈਨੂੰ ਲੈਂਦਾ ਪਿਆ ਜਿਹੜਾ ਮੇਰੀ ਅੱਧੀ ਜ਼ਮੀਨ ਮੇਰੇ ਨਾਂ ਕਰਾਈ ਹੋਈ ਹੈ ਉਹਨੂੰ ਉਹ ਲਾ ਲੋ ਚੇ ਮਤਾ ਸੋਚੇ ਕਿ ਉਹਨੂੰ ਤੇਰੇ ਨਾਲ ਪਿਆਰ ਹੈ ਤੇ ਤੇਰੀ ਦੀਨ ਉਹ ਸੰਭਾਲਦਾ ਪਿਆ ਉਹ ਜਿਤਨਾ ਲਾਲਚੀ ਵੀ ਹੈ ਨਾ ਮੈਂ ਬਿਰਾ ਦੀ ਕਬਰ ਕਾਹ ਨੂੰ ਫੋੜਨੀ ਮੈਂ ਜਾਂਦਾ ਪਿਆ ਠੀਕ ਹੈ ਤੂੰ ਕਬਰ ਨਾ ਫੋੜ ਉਹ ਮੈਨੂੰ ਨਾ ਛੱਡ ਸੀ ਤੇ ਮੈਂ ਹੀ ਜ਼ਮੀਨ ਕਾ ਫਟ ਜਾਸੀ ਤੋ ਉਹਦੇ ਵਿੱਚ ਲੈ ਜਾਸਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ ਮੈਂ ਕੀ ਕਰਾਂ ਤੇ ਮੈਂ ਉਹਨੂੰ ਸ਼ਾਮ ਦਾ ਕਾਰਾ ਕੀਤਾ ਮੈਂ ਉਹਨੂੰ ਕੀ ਸਮਝਾਵਾਂ ਉਹ ਤਾਂ ਅੱਗੇ ਸੇ ਫਿਰਿਆ ਪਰਮੀ ਤੂੰ ਤੇ ਇੱਥੇ ਆ ਤਾਂ ਮੋਟੀ ਜਿਹਦੇ ਗਏ ਨੇ ਉਹ ਲਿਓ ਤੂੰ ਸਿੱਧਾ ਘਰ ਹੀ ਆ ਗਿਆ ਤੂੰ ਨਾ ਦਿਸੇ ਨਾ ਤੇ ਮੈਨੂੰ ਕੁਛ ਵੀ ਨਹੀਂ ਦਿਸਦੇ ਮੋੜ ਮੈਂ ਘਰ ਨਹੀਂ ਤੇ ਭਾਵੇਂ ਜਿੱਥੇ ਮਰਜ਼ੀ ਮੈਂ ਆ ਜਾਂਦਾ ਹੁੰਦਾ ਉਹ ਅਜੇ ਹੋਂ ਘਰੋਂ ਬਾਹਰ ਨਿਕਲੇ ਤੇ ਤੂੰ ਆ ਗਿਆ ਉਹ ਹਟ ਕੇ ਪਿੱਛਾ ਆ ਗਿਆ ਤਮੋ ਕੋਈ ਮਸਲਾ ਨਹੀਂ ਇਹਦਾ ਕਿਹੜਾ ਕੰਮ ਪੈ ਗਿਆ ਮੈਨੂੰ ਟੁਕੜਾ ਨੇ ਮੈਨੂੰ ਵਜਣਾ ਹੀ ਨੇ ਘੰਟਾ ਪਹਿਲੇ ਤੇ ਤੈਨੂੰ ਮਿਲ ਕੇ ਆਈ ਆ ਇਹਦਾ ਕਿਹੜਾ ਕੰਮ ਪੈ ਗਿਆ ਤੈਨੂੰ ਗੱਲ ਸੁਣ ਮੇਰੀ ਹਾਂ ਕੀ ਹੋਇਆ ਹੈ ਇੱਕ ਬਾਬੇ ਕੋਲ ਖਾਣ ਦਾਮ ਕਰਾਈ ਆ ਇਹ ਖਾ ਤੂੰ ਨੰਦ ਵੀ ਖਵਾ ਐਂ ਪਰੇ ਸੌਂਦੇ ਜਾਸਣ ਮੈਂ ਅੱਗੇ ਵੀ ਕੰਮ ਕਰਾਇਆ ਹੀ ਬਾਬੇ ਕੋਲ ਐਂ ਇਹ ਕੀ ਕਹਿਣ ਹੈ ਵਾਕਈ ਕੰਮ ਹੋ ਜਾਸੀ ਮੈਨੂੰ ਖਾਵਾਂ ਨਹੀਂ ਕਿ ਲੋਏ ਮੈਂ ਤਾਂ ਤੇਰੇ ਨਾਲ ਰਾਜ਼ੀ ਆ ਉਹ ਤੋਏ ਵੀ ਖਾਣਾ ਹੈ ਜਿਹੜੀ ਬਾਕੀ ਦੀ ਉਹ ਚੋਕ ਕਿਉਂ ਨਿਕਲ ਜਿਸੇ ਗਈ ਅੱਛਾ ਇਹ ਖਾਵਾਂ ਨਾਲ ਉਹ ਰਿਸ਼ਤੇ ਦੀ ਨਾ ਕਾ ਕਿ ਦੂ ਆ ਜਾ ਜੀ ਫਿਲਹਾਲ ਤਾਂ ਤੂੰ ਖਾ ਨਾ ਤੂੰ ਵੀ ਖਾ ਮੈਂ ਵੈਸੇ ਦੁਨੀਆ ਤੇ ਖਾ ਡਾ ਗਿਆ ਮੈਂ ਕੀ ਖਾਣੀ ਮੈਂ ਤਾਂ ਤੁਹਾਡੇ ਘਰ ਲੈਂਦੀ ਉਹ ਬੈਨ ਚਾਚੇ ਹਾਲ
रिश्ता मेरा तय करें। मैं उन्होंने जवाब दे छड़िया, मैं आख्या मैं प्रेमी तो इलावा किसी नाल भी